ਬੜੀ ਰੰਡੀ ਰੋਣਾ ਪਾਇਆ ਹੋਇਆ ਵਾ ਕਾਮਰੇਡਾਂ ਨੇ ਤੇ ਭਾਜਪਾ ਵਾਲਿਆਂ ਨੇ ਹੋਰ ਕਈਆਂ ਨੇ ਕਿ ਜੀ ਇਹ ਤਾਂ ਕਿਸਾਨਾਂ ਦਾ ਅੰਦੋਲਨ ਆ, ਕਾਮਰੇਡਾਂ ਦਾ ਅੰਦੋਲਨ, ਸਾਰਿਆਂ ਦਾ ਅੰਦੋਲਨ ਆ ਜੀ। ਪਰ ਜਦੋਂ ਵੀ ਗੱਲ ਆਉਂਦੀ ਆ ਮਰਨ ਵਾਲਿਆਂ ਦੀ ਗਿਣਤੀ, ਚਾਹੇ ਉਹ ਪੰਜਾਬ ਦਾ 700-800 ਬੰਦਾ ਜਿਹੜਾ ਮਾਰਿਆ ਗਿਆ ਉਹ ਸਿੱਖ ਨੇ, ਵਾਰ ਵਾਰ ਇਸ ਸੰਘਰਸ਼ ਬਾਰੇ ਇਹ ਝੂਠ ਬੋਲਿਆ ਜਾ ਰਿਹਾ ਕਿ ਜੀ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਆ, ਸਾਰੇ ਬਾਕੀ ਅੱਡ ਅੱਡ ਵਰਗਾਂ ਦੇ ਲੋਕ ਇਸ ਕਰਕੇ ਸ਼ਾਮਿਲ ਹੋ ਸਕੇ ਆ ਕਿਉਂਕਿ ਇਹਦੀ ਅਗਵਾਈ ਜਿਹੜੀ ਆ ਜਾਂ ਇਹਦਾ ਜਿਹੜਾ ਕੇਂਦਰੀ ਨੁਕਤਾ ਵਾ, ਜਿਹੜੀ ਦੀ ਹਮਾਇਤੀ ਵਰਗ ਆ, ਸਾਰਾ ਕੁਛ ਸਿੱਖਾਂ ਕੋਲੇ। ਜਦੋਂ ਵੀ ਪ੍ਰੈਸ਼ਰ ਬਣਨ ਲੱਗਦਾ, ਜਦੋਂ ਵੀ ਮਾਹੌਲ ਵਿੱਚ ਸਟੇਟ ਦੇ ਉੱਤੇ ਮੋਦੀ ਸਰਕਾਰ ਤੇ ਦਬਾਅ ਬਣਨ ਲੱਗਦਾ, ਉਸ ਵੇਲੇ ਇਹੀ ਲੀਡਰਸ਼ਿਪ ਜਿਹੜੀ ਆ ਉਹ ਇੰਨੇ ਭੈੜੇ ਤਰੀਕੇ ਨਾਲ ਬੈਕਫਾਇਰ ਕਰਦੀ ਹੈ ਕਿ ਸਾਰੀ ਜਿਹੜੀ ਬਣੀ ਬਣਾਈ ਹੁੰਦੀ ਆ ਗੱਲ ਉਹ ਖਤਮ ਹੋ ਜਾਂਦੀ। ਅੱਜ ਉਹਨਾਂ ਸਾਰਿਆਂ ਨੂੰ ਦੋਸ਼ੀਆਂ ਵਾਲੇ ਕਟਹਿਰੇ ਚ ਖੜਾ ਹੋਣਾ ਪਊਗਾ ਜਿਹੜੇ ਲੋਕ ਪਿਛਲੇ ਇੱਕ ਸਾਲ ਤੋਂ ਇਸ ਸੰਘਰਸ਼ ਬਾਰੇ ਲਗਾਤਾਰ ਝੂਠ ਬੋਲ ਰਹੇ ਨੇ ਕਿ ਜੀ ਇਹ ਤਾਂ ਫਲਾਨਿਆਂ ਦਾ ਵਾ, ਧਮਕਾਨਿਆਂ ਦਾ ਵਾ। ਅਸਲ ਵਿੱਚ ਇਹ ਸੰਘਰਸ਼ ਦੀ ਜਿੰਦ ਜਾਨ ਸਿੱਖ ਨੇ, ਸਿੱਖ ਕਦਰਾਂ ਕੀਮਤਾਂ ਨੇ, ਸਿੱਖੀ ਆ। ਜਿਹੜਾ ਐਂਟੀ ਸਿੱਖ ਲੌਂਗ ਲਾਣਾ ਉਹ ਪੂਰਾ ਜ਼ੋਰ ਲਾ ਕੇ ਇਸ ਸੰਘਰਸ਼ ਦੇ ਵਿੱਚੋਂ ਸਿੱਖੀ ਨੂੰ ਤੇ ਸਿੱਖਾਂ ਨੂੰ ਮਨਫੀ ਕਰਨੀ ਚਾਹੁੰਦਾ, ਪਰ ਨਾਲ ਦੀ ਨਾਲ ਇਹ ਵੀ ਚਾਹੁੰਦਾ ਕਿ ਸਿੱਖਾਂ ਦੀ ਬਲੀ ਲਈ ਚੱਲੀਏ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਸੰਘਰਸ਼ ਦੇ ਵਿੱਚ ਬੜੇ ਉਤਰਾਅ ਚੜਾਅ ਜਿਹੜੇ ਆ ਉਹ ਦੇਖਣ ਨੂੰ ਮਿਲੇ ਹੈ, ਤੇ ਇਸੇ ਉਤਰਾਅ ਚੜਾਅ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਘਟਨਾ ਜਿਹੜੀ ਆ ਬਹੁਤ ਹੌਲਨਾਕ, ਬੜੀ ਮਾੜੀ ਜਿਹੜੀ ਘਟਨਾ ਉਹ ਵਾਪਰੀ ਆ, ਉਹਦੇ ਬਾਰੇ ਮੈਂ ਅੱਜ ਦੇ ਅਜੀਤ ਅਖਬਾਰ ਦੀ ਖਬਰ ਪੜ੍ਹ ਕੇ ਉਹਦੇ ਉੱਤੇ ਆਪਾਂ ਕਮੈਂਟਰੀ ਕਰਾਂਗੇ। ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹਿੰਸਾ, 8 ਮੌਤਾਂ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਇੱਥੇ ਇੱਕ ਸਮਾਗਮ 'ਚ ਸ਼ਾਮਲ ਹੋਣ ਖਿਲਾਫ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਦੌਰਾਨ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਸ਼ਾਸਨਕ ਸੂਤਰਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨਾਲ ਗੱਡੀਆਂ ਟਕਰਾਉਣ ਤੋਂ ਬਾਅਦ ਨਾਰਾਜ਼ ਕਿਸਾਨਾਂ ਨੇ 2 SUV ਗੱਡੀਆਂ ਨੂੰ ਅੱਗ ਲਾ ਦਿੱਤੀ। ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਕੁਮਾਰ ਚੌਰਸੀਆ ਨੇ ਕਿਹਾ ਕਿ ਇਸ ਘਟਨਾ 'ਚ 4 ਕਿਸਾਨ ਤੇ 4 ਹੋਰ ਲੋਕ ਮਾਰੇ ਗਏ ਨੇ। ਸੰਯੁਕਤ ਕਿਸਾਨ ਮੋਰਚਾ ਅਨੁਸਾਰ ਮ੍ਰਿਤਕ ਕਿਸਾਨਾਂ ਦੀ ਪਛਾਣ ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ ਤੇ ਨਛੱਤਰ ਸਿੰਘ ਵਜੋਂ ਹੋਈ ਹੈ। ਕਿਸਾਨ ਸੰਗਠਨ ਅਨੁਸਾਰ 12-15 ਕਿਸਾਨ ਜ਼ਖਮੀ ਵੀ ਹੋਏ ਨੇ ਜੋ ਹਸਪਤਾਲ 'ਚ ਨੇ। ਦੂਜੇ ਪਾਸੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੇ ਕਿਹਾ ਕਿ ਲਗਭਗ 10 ਭਾਜਪਾ ਵਰਕਰ ਜ਼ਖਮੀ ਹੋਏ ਤੇ ਕਾਰਾਂ ਜਿਹੜੀਆਂ ਨੇ ਨੁਕਸਾਨੀਆਂ ਗਈਆਂ। ਤੇ ਅਜੇ ਮਿਸ਼ਰਾ ਨੇ ਕਿਹਾ ਹੈ ਕਿ ਪ੍ਰਸ਼ਾਸਨ ਅਨੁਸਾਰ ਇੱਥੇ ਤਕੋਣੀਆਂ ਬਨਵੀਰਪੁਰ ਰੋਡ ਤੇ ਉਪ ਮੁੱਖ ਮੰਤਰੀ ਦੀ ਯਾਤਰਾ ਖਿਲਾਫ ਰੋਸ ਮਾਰਚ ਕਰ ਰਿਹਾ ਹੈ ਕਿਸਾਨ ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਦੇ ਉੱਤੇ 2 USB ਗੱਡੀਆਂ ਦੇ ਟਕਰਾ ਜਾਣ ਤੋਂ ਬਾਅਦ ਹਿੰਸਾ ਭੜਕ ਗਈ। ਗੁੱਸੇ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਦੋਵਾਂ ਵਾਹਨਾਂ ਨੂੰ ਰੋਕਣ ਲਈ ਮਜਬੂਰ ਕੀਤਾ ਤੇ ਅੱਗ ਲਾ ਦਿੱਤੀ। ਉਹਨਾਂ ਕੁਝ ਯਾਤਰੂਆਂ ਦੀ ਕੁੱਟਮਾਰ ਵੀ ਕੀਤੀ। ਇਸ ਘਟਨਾ ਦੌਰਾਨ ਪੱਤਰਕਾਰਾਂ ਦੇ ਸੱਟਾਂ ਲੱਗੀਆਂ। ਇਸ ਵਿਚਾਲੇ ਹਿੰਸਾ ਦੇ ਮੱਦੇਨਜ਼ਰ ਮੌਰੀਆ ਦਾ ਬਨਵੀਰਪੁਰ ਦੌਰਾ ਰੱਦ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਲੜਕਾ ਇੱਕ ਗੱਡੀ 'ਚ ਸ਼ਾਮਲ ਸੀ, ਵਿੱਚ ਸਵਾਰ ਸੀ, ਜਦੋਂ ਕਿ ਮਿਸ਼ਰੇ ਨੇ ਇਹ ਦੋਸ਼ ਤੋਂ ਇਨਕਾਰ ਕੀਤਾ। ਮਿਸ਼ਰੇ ਨੇ ਕਿਹਾ ਕਿ ਪਥਰਾਅ ਤੋਂ ਬਾਅਦ ਇੱਕ ਕਾਰ ਦੇ ਪਲਟ ਜਾਣ ਕਾਰਨ ਪ੍ਰਦਰਸ਼ਨ ਕਰ ਰਿਹਾ ਕਿਸਾਨਾਂ 'ਚੋਂ ਕੁਝ ਤੱਤਾਂ ਨੇ ਭਾਜਪਾ ਦੇ 3 ਕਾਰਕੁਨਾਂ ਉੱਤੇ ਇੱਕ ਡਰਾਈਵਰ ਦੀ ਕੁੱਟ ਕੁੱਟ ਕੇ ਹੱਤਿਆ ਕੀਤੀ। ਖੈਰ ਜਿਹੜੀ ਖਬਰ ਆ ਉਹ ਲੰਬੀ ਚੌੜੀ ਆ, ਇਹ ਵਿੱਚ ਇਹਦੇ ਕਈ ਪੱਖ ਨੇ, ਪਰ ਮੈਂ ਇੱਕ ਗੱਲ ਜਿਹੜੀ ਮੋਟੇ ਤੌਰ ਤੇ ਆਪਾਂ ਖਬਰ ਜਿੰਨੀ ਹੁਣ ਤੱਕ ਪੜ੍ਹੀ ਆ ਉਹਦੇ 'ਚ ਇੱਕ ਆਇਆ ਵੀ ਮ੍ਰਿਤਕ ਕਿਸਾਨਾਂ ਦੀ ਪਛਾਣ ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਨਛੱਤਰ ਸਿੰਘ। ਹੁਣ ਜਿਹੜੇ ਕਿਸਾਨ ਹੈਗੇ ਆ ਇਹ ਜਿਹੜੇ ਕੱਲ ਉੱਥੇ ਮਾਰੇ ਗਏ ਆ ਉਹ ਸਾਰੇ ਸਿੱਖ ਸੀ। ਬੜੀ ਰੰਡੀ ਰੋਣਾ ਪਾਇਆ ਹੋਇਆ ਵਾ ਕਾਮਰੇਡਾਂ ਨੇ ਤੇ ਭਾਜਪਾ ਵਾਲਿਆਂ ਨੇ ਹੋਰ ਕਈਆਂ ਨੇ ਕਿ ਜੀ ਇਹ ਤਾਂ ਕਿਸਾਨਾਂ ਦਾ ਅੰਦੋਲਨ ਆ, ਕਾਮਰੇਡਾਂ ਦਾ ਅੰਦੋਲਨ, ਸਾਰਿਆਂ ਦਾ ਅੰਦੋਲਨ ਆ ਜੀ। ਪਰ ਜਦੋਂ ਵੀ ਗੱਲ ਆਉਂਦੀ ਆ ਮਰਨ ਵਾਲਿਆਂ ਦੀ ਗਿਣਤੀ, ਚਾਹੇ ਉਹ ਪੰਜਾਬ ਦਾ 700-800 ਬੰਦਾ ਜਿਹੜਾ ਮਾਰਿਆ ਗਿਆ ਉਹ ਸਿੱਖ ਨੇ, ਤੇ ਆਹ ਜਿਹੜੇ ਕੱਲ੍ਹ ਤੇ ਇਹ ਵੀ ਸਿੱਖ ਨੇ, ਫਿਰ ਇਹ ਅੰਦੋਲਨ ਸਿੱਖਾਂ ਦਾ ਵਾ। ਜਦੋਂ ਤੋਂ ਮਰਨ ਦੀਆਂ ਖਬਰਾਂ ਪੜ੍ਹਦੇ ਆ, ਜਿੰਨੇ ਬੰਦੇ ਮਰ ਰਹੇ ਨੇ, ਜਿੰਨੇ ਬੰਦੇ ਇਸ ਸੰਘਰਸ਼ ਦੀ ਭੇਟ ਚੜ ਰਹੇ ਨੇ, ਇਸ ਸੰਘਰਸ਼ ਦੇ ਕਰਕੇ ਜਿਹਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਉਹ ਤਾਂ ਸਾਰੇ ਸਿੱਖ ਨੇ। ਤੇ ਜਦੋਂ ਆਉਂਦੀ ਆ ਗੱਲ ਦੂਜੇ ਪਾਸੇ
ਉਦੋਂ ਕਹਿੰਦੇ ਨਹੀਂ ਨਹੀਂ ਜੀ ਇਹ ਤਾਂ ਸਾਰਿਆਂ ਦਾ ਸਾਂਝਾ ਅੰਦੋਲਨ ਆ ਵੀ ਆਹ ਜਿਹੜੇ ਸਿੱਖ ਸ਼ਹੀਦ ਹੋਏ ਨੇ ਜਿਹੜੇ ਲੋਕ ਇੱਥੇ ਇਸ ਦੌਰਾਨ ਸਾਰੇ ਮਾਰੇ ਜਾ ਰਹੇ ਨੇ ਇਹਨਾਂ ਸਾਰਿਆਂ ਦੇ ਧਰਮ ਕੋਈ ਹੈਗਾ ਕਿ ਨਹੀਂ ਕਿਉਂ ਕੋਈ ਯਾਦਵ ਨਹੀਂ ਹੈਗਾ ਮਰ ਰਿਹਾ ਕੋਈ ਟਕੈਤ ਕੋਈ ਹੋਰ ਕੁਛ ਕਾਹਤੋਂ ਨਹੀਂ ਹੈਗਾ ਜਿੰਨੇ ਬੰਦੇ ਮਰ ਰਹੇ ਆ ਉਹ ਸਿੰਘ ਨੇ ਸਿੱਖ ਨੇ ਸੋ ਸਭ ਤੋਂ ਪਹਿਲੀ ਪ੍ਰੋਬਲਮ ਸਭ ਤੋਂ ਪਹਿਲੀ ਗੱਲ ਅੱਜ ਦੀ ਇਸ ਖਬਰ ਦੇ ਨਾਲ ਜਿਹੜੀ ਹੋਰ ਜ਼ਿਆਦਾ ਦੁਬਾਰਾ ਉਭਰੀ ਆ ਉਹ ਇਹ ਆ ਕਿ ਵਾਰ ਵਾਰ ਇਸ ਸੰਘਰਸ਼ ਬਾਰੇ ਇਹ ਝੂਠ ਬੋਲਿਆ ਜਾ ਰਿਹਾ ਕਿ ਜੀ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਆ ਅਸਲ ਵਿੱਚ ਇਹ ਸਿੱਖਾਂ ਦਾ ਇੱਕ ਇਹੋ ਜਿਹਾ ਅੰਦੋਲਨ ਹੈ ਜਿਹਦੇ ਵਿੱਚ ਸਾਰੇ ਬਾਕੀ ਅੱਡ ਅੱਡ ਵਰਗਾਂ ਦੇ ਲੋਕ ਇਸ ਕਰਕੇ ਸ਼ਾਮਿਲ ਹੋ ਸਕੇ ਆ ਕਿਉਂਕਿ ਇਹਦੀ ਅਗਵਾਈ ਜਿਹੜੀ ਆ ਜਾਂ ਇਹਦਾ ਜਿਹੜਾ ਕੇਂਦਰੀ ਨੁਕਤਾ ਵਾ ਜਿਹੜੀ ਦੀ ਹਮਾਇਤੀ ਵਰਗ ਆ ਸਾਰਾ ਕੁਛ ਸਿੱਖਾਂ ਕੋਲੇ ਆ ਪਰ ਜਿਹੜਾ ਕੇਂਦਰ ਦੇ ਵਿੱਚ ਕਾਮਰੇਡ ਲੌਂਗਲਾਣਾ ਬੈਠਾ ਉਹਨੇ ਇੰਨਾ ਕੁ ਕੰਦਰ ਕੜੀ ਘੋਲੀ ਹੈ ਕਿ ਅੱਜ ਹਰ ਇੱਕ ਸਿੱਖ ਜਿਹੜਾ ਹੈਗਾ ਉਹ ਇਹਦਾ ਹਿੱਸਾ ਵੀ ਬਣਿਆ ਰਹਿਣਾ ਚਾਹੁੰਦਾ ਇਹਦੇ ਖਿਲਾਫ ਵੀ ਨਹੀਂ ਭੁਗਤਣਾ ਚਾਹੁੰਦਾ ਪਰ ਉਹ ਇਹ ਵੀ ਚਾਹੁੰਦਾ ਹੈਗਾ ਕਿ ਇਹ ਅੰਦੋਲਨ ਕਾਮਯਾਬ ਹੋਵੇ ਇਹਦੇ ਬਾਵਜੂਦ ਕਾਮਯਾਬ ਹੋਵੇ ਕਿ ਲੀਡਰਸ਼ਿਪ ਨੇ ਕਮਲ ਕੁੱਟਣ ਵਾਲੀ ਕੋਈ ਕਸਰ ਨਹੀਂ ਛੱਡੀ ਜਿੰਨੇ ਫੈਸਲੇ ਹੁਣ ਤੱਕ ਕੀਤੇ ਆ ਉਹ ਸਾਰੇ ਗਾਂਧੀਵਾਦੀ ਨੇ ਅਸੀਂ ਗਾਂਧੀਵਾਦੀ ਫੈਸਲਿਆਂ ਦੇ ਜਾਂ ਡੈਮੋਕ੍ਰੇਟਿਕ ਪੀਸਫੁਲ ਤਰੀਕੇ ਨਾਲ ਅੰਦੋਲਨਾਂ ਦੇ ਹਮਾਇਤੀ ਆ ਅਸੀਂ ਨਹੀਂ ਕਹਿੰਦੇ ਗਲਤ ਆ ਪਰ ਜਦੋਂ ਵੀ ਪ੍ਰੈਸ਼ਰ ਬਣਨ ਲੱਗਦਾ ਜਦੋਂ ਵੀ ਮਾਹੌਲ ਵਿੱਚ ਸਟੇਟ ਦੇ ਉੱਤੇ ਮੋਦੀ ਸਰਕਾਰ ਤੇ ਦਬਾਅ ਬਣਨ ਲੱਗਦਾ ਉਸ ਵੇਲੇ ਇਹੀ ਲੀਡਰਸ਼ਿਪ ਜਿਹੜੀ ਆ ਉਹ ਇੰਨੇ ਭੈੜੇ ਤਰੀਕੇ ਨਾਲ ਬੈਕਫੇਅਰ ਕਰਦੀ ਹੈ ਕਿ ਸਾਰੀ ਜਿਹੜੀ ਬਣੀ ਬਣਾਈ ਹੁੰਦੀ ਆ ਗੱਲ ਉਹ ਖਤਮ ਹੋ ਜਾਂਦੀ 26 ਜਨਵਰੀ ਵਾਲੀ ਗੱਲ ਮੈਂ ਨਹੀਂ ਕਰਦਾ ਚਲੋ ਪਰ ਇਸ ਤੋਂ ਪਹਿਲਾਂ ਜਦੋਂ ਆਪਾਂ ਇੱਥੋਂ ਪੰਜਾਬ ਤੋਂ ਤੁਰੇ ਹਾਂ ਧੁੱਕੀ ਕੱਢੀ ਪਈ ਸੀ ਹਰਿਆਣੇ ਦੇ ਵਿੱਚ ਲੋਕਾਂ ਦੀ ਹਮਾਇਤ ਇਸ ਕਰਕੇ ਹੀ ਇਸ ਸੰਘਰਸ਼ ਨੂੰ ਮਿਲ ਰਹੀ ਸੀ ਉਸ ਦਿਨ ਜਦੋਂ ਇੱਥੋਂ ਤੁਰੇ ਆਪਾਂ ਪੰਜਾਬ ਤੋਂ ਦਿੱਲੀ ਨੂੰ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਅੰਦੋਲਨ ਬਿਲਕੁਲ ਸੱਚਾ ਇਹ ਬੰਦੇ ਸੱਚੀ ਸੁੱਚੀ ਲੜਾਈ ਲੜ ਰਹੇ ਹਰਿਆਣੇ ਵਿੱਚ ਦੀ ਪੁਲਿਸ ਵਾਲੇ ਜਾਂ ਜਿੰਨੀਆਂ ਉੱਥੇ ਰੋਕਾਂ ਲਾਈਆਂ ਸੀ ਉਹਨਾਂ ਨੂੰ ਜਦੋਂ ਉਲਟਾ ਪਲਟਾ ਕੇ ਹਰਿਆਣੇ ਅਤੇ ਪੰਜਾਬ ਦੇ ਲੋਕਾਂ ਨੇ ਸੁੱਟਿਆ ਉਹਦੇ ਪਿੱਛੇ ਇੱਕ ਮੁੱਖ ਕਾਰਕ ਕੀ ਕੰਮ ਕਰਦਾ ਸੀ ਕਿ ਲੜਾਈ ਬਿਲਕੁਲ ਜਾਇਜ਼ ਆ ਤੇ ਲੜਨ ਵਾਲੇ ਜਿਹੜੇ ਆ ਫਾਈਟਰ ਜਾ ਰਹੇ ਨੇ ਜਿਹੜੇ ਆ ਸਿੱਖ ਜਾ ਰਹੇ ਨੇ ਜਿਹੜੇ ਕਿਸਾਨ ਜਾ ਰਹੇ ਨੇ ਇਹ ਬਿਲਕੁਲ ਜੇਤੂ ਭਾਵਨਾ ਵਾਲੇ ਲੋਕ ਨੇ ਇਹ ਅੜੀਅਲ ਲੋਕ ਨੇ ਇਹ ਸਿਰ ਤਲੀ ਤੇ ਧਰ ਕੇ ਬਾਬਾ ਦੀਪ ਸਿੰਘ ਆਗੂ ਲੜਨ ਮਰਨ ਵਾਲੇ ਲੋਕ ਨੇ ਗੱਲ ਕੰਢੇ ਬੰਨੇ ਲਾ ਕੇ ਆਉਣ ਜਦੋਂ ਦਿੱਲੀ ਪਹੁੰਚੇ ਉਦੋਂ ਇੰਡੀਅਨ ਸਟੇਟ ਨੂੰ ਗੱਲ ਨਹੀਂ ਸੀ ਆਉਂਦੀ ਜਿੱਥੇ ਆਪਾਂ ਬੈਠੇ ਹਾਂ ਜੋ ਸੰਘਰਸ਼ ਦਾ ਜਿਹੜਾ ਪੰਡਾਲ ਬਣਿਆ ਹੋਇਆ ਉਹ ਸਾਰਾ ਸਿੱਖਾਂ ਕਰਕੇ ਲੱਗਿਆ ਪਰ ਉਦੋਂ ਬਾਅਦ ਵਿੱਚ ਕਾਮਰੇਡਾਂ ਨੇ ਇੰਨਾ ਰੱਡੀ ਰੋਣਾ ਪਾਇਆ ਕਿ ਹਾਏ ਹਾਏ ਜੀ ਤੇ ਉਹਨਾਂ ਦੇ ਮਗਰ ਲੱਗ ਕੇ ਕੁਛ ਜਿਹੜੀਆਂ ਐਵੇਂ ਲਾਈ ਲੱਗ ਪੁਣੇ ਵਾਲੇ ਲੋਕ ਹੁੰਦੇ ਆ ਉਹ ਲੱਗ ਗਏ ਸਾਡੇ ਭਾਈਚਾਰੇ ਦੇ ਅੱਜ ਉਹਨਾਂ ਸਾਰਿਆਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਹੋਣਾ ਪਊਗਾ ਜਿਹੜੇ ਲੋਕ ਪਿਛਲੇ ਇੱਕ ਸਾਲ ਤੋਂ ਇਸ ਸੰਘਰਸ਼ ਬਾਰੇ ਲਗਾਤਾਰ ਝੂਠ ਬੋਲ ਰਹੇ ਨੇ ਕਿ ਜੀ ਇਹ ਤਾਂ ਫਲਾਨਿਆਂ ਦਾ ਵਾ ਧਮਕਾਨਿਆਂ ਦਾ ਵਾ ਅਸਲ ਵਿੱਚ ਇਹ ਸੰਘਰਸ਼ ਦੀ ਜਿੰਦ ਜਾਨ ਸਿੱਖ ਨੇ ਸਿੱਖ ਕਦਰਾਂ ਕੀਮਤਾਂ ਨੇ ਸਿੱਖੀ ਆ ਤੇ ਜਿਹੜਾ ਐਂਟੀ ਸਿੱਖ ਲੌਂਗ ਲਾਣਾ ਉਹ ਪੂਰਾ ਜ਼ੋਰ ਲਾ ਕੇ ਇਸ ਸੰਘਰਸ਼ ਦੇ ਵਿੱਚੋਂ ਸਿੱਖੀ ਨੂੰ ਤੇ ਸਿੱਖਾਂ ਨੂੰ ਮਨਫੀ ਕਰਨੀ ਚਾਹੁੰਦਾ ਪਰ ਨਾਲ ਦੀ ਨਾਲ ਇਹ ਵੀ ਚਾਹੁੰਦਾ ਕਿ ਸਿੱਖਾਂ ਦੀ ਬਲੀ ਲਈ ਚੱਲੀਏ ਅਸੀਂ ਭਾਈ ਸਿੱਖ ਇਕੱਲੇ ਬਲੀ ਦੇ ਬੱਕਰੇ ਹਾਂ ਸਾਡਾ ਜਿਹੜਾ ਹੈਗਾ ਜਦੋਂ ਕਦ ਆਉਂਦਾ ਬਈ ਆ ਪਾਕਿਸਤਾਨ ਨੇ ਇੰਡੀਆ ਨਾਲ ਜੰਗ ਛੇੜਤੀ ਉਦੋਂ ਵੀ ਸਿੱਖਾਂ ਨੂੰ ਬਲੀ ਦੇ ਬੱਕਰੇ ਇੰਡੀਆ ਵੀ ਚਾਈਨਾ ਨਾਲ ਖੜਕ ਪਵੇ ਸਿੱਖ ਬਲੀ ਦੇ ਬੱਕਰੇ ਜਿਹੜੇ ਅੰਗਰੇਜ਼ ਸੀਗਾ ਉਹ ਸਾਨੂੰ ਵਰਤਦਾ ਰਿਹਾ ਅਸੀਂ ਉਹਦੇ ਰਾਜ ਵਿੱਚ ਬਲੀ ਦੇ ਬੱਕਰੇ ਬੰਗਲਾਦੇਸ਼ ਦੀ ਲੜਾਈ ਹੋਈ ਫਿਰ ਬਲੀ ਦੇ ਬੱਕਰੇ ਹੁਣ ਸਿੱਖ ਜਿਹੜਾ ਹੈਗਾ ਉਹ ਦੂਜਿਆਂ ਦੇ ਹਿੱਤਾਂ ਲਈ ਕੁਰਬਾਨ ਹੁੰਦਾ ਆ ਤੇ ਅੱਜ ਜਿਹੜਾ ਸੰਘਰਸ਼ ਆ ਜੇ ਇਹਦੇ ਵਿੱਚ ਕਾਮਰੇਡ ਲੌਂਗ ਲਾਣਾ ਇਹ ਕਹਿੰਦਾ ਵੀ ਇਹ ਸਿੱਖੀ ਦਾ ਤੇ ਸਿੱਖਾਂ ਦਾ ਕੋਈ ਮਤਲਬ ਨਹੀਂ ਤਾਂ ਫਿਰ ਜਿਹੜੇ ਫੈਕਟ ਠਾਹ ਠਾਹ ਕੇ ਵੱਜਦੇ ਨੇ ਜਦੋਂ ਵੀ ਆ ਜਿੰਨੇ ਬੰਦੇ ਇਸ ਸੰਘਰਸ਼ ਦੌਰਾਨ 700 ਦੇ ਕਰੀਬ ਕਹਿੰਦੇ ਆ ਵੀ ਜਾਨਾਂ ਚਲੇ ਗਈਆਂ ਉਹਨਾਂ ਦੀ ਗਿਣਤੀ ਕਰ ਲਓ ਪਿੰਡਾਂ 'ਚ ਜਾ ਕੇ ਦੇਖ ਲਓ ਉਹਨਾਂ ਦੇ ਅਖੰਡ ਪਾਠ ਰੱਖ ਕੇ ਭੋਗ ਪਾਏ ਗਏ ਨੇ ਸਹਿਜ ਪਾਠ ਰੱਖ ਕੇ ਭੋਗ ਪਾਏ ਗਏ ਨੇ ਸਿੱਖ ਮਰਿਆਦਾ ਅਨੁਸਾਰ ਉਹਨਾਂ ਦੇ ਜਿਹੜੀਆਂ ਅੰਤਿਮ ਰਸਮਾਂ ਹੋਈਆਂ ਨੇ ਕਿਉਂਕਿ ਉਹ ਸਿੱਖ ਸੀ ਉਹ ਕੋਈ ਕਾਮਰੇਡ ਕੂਮਰੇਡ ਨਹੀਂ ਸੀਗੇ ਕੋਈ ਲਾਲ ਝੰਡਾ ਪਾ ਕੇ ਉਹਨਾਂ ਦੇ ਉੱਤੇ ਲੈਣ ਲੁਣਨ ਦੀ ਜਾਂ ਕਿਸੇ ਹੋਰ ਦੀ ਕਿਸੇ ਕਾਮਰੇਡ ਦੀ ਉੱਥੇ ਗੱਲ ਨਹੀਂ ਪੜੀ ਪੂਰੀ ਜਾਂਦੀ ਨਾ ਪੰਜਾਬ ਦਾ ਕਲਚਰ ਆ ਇਹ ਜਿਹੜੀਆਂ ਇੱਥੇ ਜੜਾਂ ਲਾਉਣ ਨੂੰ ਫਿਰਦੇ ਆ ਵੀ ਸਿੱਖੀ ਦੀਆਂ ਜੜਾਂ ਪੱਟ ਕੇ ਅਸੀਂ ਕਾਮਰੇਡ ਬਾਦ ਦੀਆਂ ਜੜਾਂ ਇੱਥੇ ਲਾਉਣੀਆਂ ਨੇ ਜਿਹਨਾਂ ਨੂੰ ਇਹ ਫਤੂਰ ਚੜਿਆ ਹੋਇਆ ਵੀ ਅਸੀਂ ਇਸ ਕਿਸਾਨ ਸੰਘਰਸ਼ ਦੇ ਮੌਕੇ ਕਣੀ ਇੱਥੇ ਸਾਰਿਆਂ ਦੇ ਸੁਣੋ ਗਾਤਰੇ ਕਿਰਪਾਨਾਂ ਸਿੱਖੀ ਖੋਲਾਂਗੇ ਤੇ ਕਾਮਰੇਡ ਬਣਾ ਕੇ ਲਾਲ ਝੰਡੇ ਚੁਕਾ ਦੇਵਾਂਗੇ ਇਹ ਗੱਲਾਂ
ਦੋ ਪੱਖ ਤੋਂ ਚੇਤੇ ਰੱਖਿਓ। ਇੱਕ ਤਾਂ 1970 ਦੇ ਲਾਗੇ ਜਦੋਂ ਨਕਸਲੈਂਡ ਮੂਵਮੈਂਟ ਚੱਲੀ ਆ, ਪੰਜਾਬ 'ਚ ਵੀ ਇਹ ਸਭ ਹੋਇਆ, ਇਹਦਾ ਬਾਹਰ ਵੀ ਹੋਇਆ, ਬੜਾ ਲੰਮਾ ਟਾਈਮ ਮਿਲਿਆ ਕਾਮਰੇਡਾਂ ਨੂੰ ਪੰਜਾਬ ਦੇ ਵਿੱਚ ਕੰਮ ਕਰਨ ਦਾ। ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ, ਸੰਤ ਸਿੰਘ ਸੇਖੋਂ ਬੜਾ ਜ਼ਹੀਨ ਬੰਦਾ ਸੀ, ਬੜਾ ਸਿਆਣਾ ਬੰਦਾ ਸੀ, ਪਰ ਉਹਨੇ ਸਾਡਾ ਨੁਕਸਾਨ ਬੜਾ ਕੀਤਾ ਸਿੱਖਾਂ ਦਾ ਤੇ ਪੰਜਾਬ ਦਾ। ਜਿਨ੍ਹਾਂ ਦਿਨਾਂ ਦੇ ਵਿੱਚ 1947 ਤੋਂ ਬਾਅਦ ਸਿੱਖ ਕੌਮ ਨੇ ਆਪਦੇ ਹੋਂਦ ਹਸਤੀ ਦੇ ਨਕਸ਼ ਘੜਨੇ ਸੀ, ਉਹਨਾਂ ਦਿਨਾਂ ਦੇ ਵਿੱਚ ਇਸ ਕਾਮਰੇਡ ਸੰਤ ਸਿੰਘ ਸੇਖੋਂ ਨੇ ਨੌਜਵਾਨਾਂ ਨੂੰ ਕਮਿਊਨਿਜ਼ਮ ਦੀ ਲੱਤ ਲਾ ਦਿੱਤੀ। ਤੇ ਪਹਿਲੇ ਕਾਮਰੇਡ ਚੰਗੇ ਹੋਣਗੇ ਮੰਨ ਲੈਂਦੇ ਆ, ਗਦਰ ਲਹਿਰ ਵਾਲਿਆਂ ਦੇ ਨਾਲ ਜਿਨ੍ਹਾਂ ਦਾ ਵਾਹ ਵਾਸਤਾ ਪਿਆ, ਪਰ ਸਮਝ ਉਹਨਾਂ ਨੂੰ ਹੋ ਕੀ ਲੱਗਣ ਲੱਗ ਗਈ ਸੀ। ਆਪਾਂ ਸਾਰਿਆਂ ਨੂੰ ਪਤਾ ਕਿ ਬਹੁਤੇ ਜਿਹੜੇ ਮੁਢਲੇ ਗਦਰ ਲਹਿਰ ਨਾਲ ਸੰਬੰਧਿਤ ਜਾਂ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ ਸੀ ਉਹਦੇ ਵਿੱਚ ਸ਼ਾਮਲ ਹੋਣ ਵਾਲੇ ਬਹੁਤੇ ਲੋਕਾਂ ਨੂੰ ਜਦੋਂ ਪਤਾ ਲੱਗਦਾ ਸੀ ਨਾ ਕਿ ਸਾਨੂੰ ਤਾਂ ਕਾਮਰੇਡ ਕਿਹਾ ਜਾਂਦਾ, ਤਾਂ ਉਦੋਂ ਉਹ ਟੁੱਟ ਕੇ ਪੈ ਜਾਂਦੇ ਸੀ, ਗੁੱਸਾ ਕਰਦੇ ਸੀਗੇ ਕਿ ਅਸੀਂ ਤਾਂ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਵਾਂ, ਪਰ ਗਦਰੀ ਬਾਬਿਆਂ ਨੂੰ ਕਾਮਰੇਡ ਬਣਾਉਣ ਤੇ ਪੂਰਾ ਜ਼ੋਰ ਲਾਈ ਰੱਖਿਆ। ਖੁਦ ਮੇਰੇ ਵਰਗੇ ਅਸੀਂ ਬੜੇ ਕਿਤਾਬੀ ਕੀੜੇ ਆਪਦੇ ਆਪ ਨੂੰ ਸਮਝਦੇ ਹਾਂ, ਬੜੇ ਆਲੇ ਦੁਆਲੇ ਲੋਕ ਨੇ ਜਿਹੜੇ ਸਾਡੇ ਤੋਂ ਜਿਹੜੇ ਸੀਨੀਅਰ ਸੀ, ਜਿਹਨਾਂ ਨੂੰ ਅਸੀਂ ਬੜਾ ਸਤਿਕਾਰ ਦਿੰਦੇ ਸੀ, ਬੜਾ ਵਿਦਵਾਨ ਸਮਝਦੇ ਸੀ, ਇਹਨਾਂ ਸਾਰਿਆਂ ਦੇ ਦਿਮਾਗ ਵਿੱਚ ਇੱਕੋ ਗੱਲ ਸੀ ਵੀ ਜਿਹੜੀ ਗਦਰੀ ਲਹਿਰ ਗਦਰ ਲਹਿਰ ਆ, ਜਿਹੜੇ ਗਦਰੀ ਬਾਬੇ ਸੀ, ਵੀ ਸ਼ਾਇਦ ਸੱਚੀ ਹੀ ਉਹ ਕਾਮਰੇਡ ਹੋਣੇ ਆ। ਆ ਭਲਾ ਹੋਵੇ ਰਾਜਵਿੰਦਰ ਸਿੰਘ ਰਾਹੀ ਦਾ, ਬੇਸ਼ੱਕ ਉਹਨੇ ਜਿਹੜਾ ਹੈਗਾ ਸਰਦਾਰ ਅਜਮੇਰ ਸਿੰਘ ਦਾ, ਹੋਰ ਬਹੁਤ ਸਾਰੇ ਬੰਦੇ ਆ, ਇਹਨਾਂ ਨੇ ਇੰਨੀਆਂ ਕੁ ਲਿਖਤਾਂ ਲਿਖਤੀਆਂ, ਕਾਮਰੇਡਾਂ ਦੇ ਇੰਨੇ ਕੁ ਪਾਜ ਖੋਲ ਦਿੱਤੇ ਕਿ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਇਹ ਗਦਰੀ ਬਾਬੇ ਸੀ ਉਹ ਤਾਂ ਗੁਰਸਿੱਖ ਪਿਆਰੇ ਸੀ, ਜਿਹੜਾ ਦੇ ਵਿੱਚ ਸਿੱਖ ਮਰਿਆਦਾ ਤੇ ਪਹਿਰਾ ਦਿੰਦਿਆਂ ਹੋਇਆਂ ਨੇ ਉਮਰ ਕੈਦਾਂ ਕੱਟੀਆਂ ਨੇ। ਤੇ ਇਹ ਏਡੇ ਭੈੜੇ ਬੰਦੇ ਦੇਖੇ ਕਾਮਰੇਡ, ਇਹਨਾਂ ਨੇ ਇਹੋ ਜਿਹੀਆਂ ਵੀ ਕਿਤਾਬਾਂ ਲਿਖੀਆਂ ਗਦਰ ਲਹਿਰ ਬਾਰੇ, ਜਿਹਦੇ ਵਿੱਚ ਗਦਰ ਲਹਿਰ ਦੇ ਵਿੱਚ ਜਿਹੜਾ ਸਭ ਤੋਂ ਚੋਟੀ ਦਾ ਜਰਨੈਲ ਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ, ਉਹਦਾ ਜ਼ਿਕਰ ਤੱਕ ਨਹੀਂ ਕੀਤਾ, ਕਿਉਂਕਿ ਜੇ ਉਹਦਾ ਜ਼ਿਕਰ ਕਰਨਾ ਸੀ ਤਾਂ ਫਿਰ ਉਹਨਾਂ ਦਾ ਜਿਹੜਾ ਗੁਰਮੁਖ ਚਿਹਰਾ ਸੀ, ਜਿਹੜੀ ਉਹਨਾਂ ਦੀ ਰਹਿਤ ਬਹਿਤ ਸੀ, ਉਹਨਾਂ ਦੀ ਫੋਟੋ ਜਿਹੜੀ ਹੈ ਜਦੋਂ ਦੇਖਦਾ ਬੰਦਾ, ਦੇਖਣ ਸਾਰ ਹੀ ਪਤਾ ਲੱਗ ਜਾਂਦਾ ਵਾ ਬਾਣੇ ਦਾ, ਬਾਣੀ ਦੇ ਪ੍ਰਕਾਸ਼ ਦਾ, ਤੇ ਉਹਨਾਂ ਦੇ ਜਿਹੜਾ ਖੰਡਾ ਕਿਰਪਾਨ ਦਸਤਾਰੇ ਉੱਤੇ ਸਜਾਇਆ ਹੁੰਦਾ। ਸੋ ਉਹਨੂੰ ਕਾਮਰੇਡ ਬਣਾਉਣਾ, ਭਾਈ ਰਣਧੀਰ ਸਿੰਘ ਨਾਰੰਗਵਾਲ ਨੂੰ ਕਾਮਰੇਡ ਕਹਿਣਾ ਔਖਾ ਸੀ। ਤੇ ਇਹਨਾਂ ਨੇ ਤਾਂ ਲਿਖਤਾਂ ਹੀ ਉਹ ਲਿਖਤੀਆਂ ਬਈ ਜਿਹਦੇ ਵਿੱਚ ਭਾਈ ਰਣਧੀਰ ਸਿੰਘ ਨਾਰੰਗਵਾਲ ਅੱਖਰ ਹੀ ਨਹੀਂ ਲਿਖਿਆ। ਦੇਖੋ ਕਿੱਡੇ ਭੈੜੇ ਨੇ, ਕਿੱਡੇ ਮਾੜੇ ਆ। ਜੇ ਘਰ ਕੋਈ ਕਿਸੇ ਬੰਦੇ ਨੂੰ ਕਹਿ ਦਈਏ ਕਿ ਤੁਸੀਂ ਭਾਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਇੱਕ ਲੇਖ ਲਿਖੋ ਤੇ ਜਿਹਦੇ ਵਿੱਚ ਸੰਤ ਭਿੰਡਰਾਂ ਵਾਲਾ ਅੱਖਰ ਨਾ ਆਵੇ, ਕੋਈ ਲਿਖ ਸਕੂਗਾ? ਇਵੇਂ ਹੀ ਗਦਰ ਲਹਿਰ ਆ ਜਿਹੜੀ, ਉਹ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਜ਼ਿਕਰ ਤੋਂ ਬਿਨਾਂ ਇਹਨਾਂ ਨੇ ਲਿਖ ਕੇ ਦਿਖਾਤੀ। ਇਹੋ ਜਿਹੀਆਂ ਕਿਤਾਬਾਂ ਨੇ ਮੈਦਾਨ ਦੇ ਵਿੱਚ ਮੌਜੂਦ ਜਿਨ੍ਹਾਂ ਵਿੱਚ ਭਾਈ ਰਣਧੀਰ ਸਿੰਘ ਨਾਰੰਗਵਾਲ ਅੱਖਰ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ? ਕਿਉਂਕਿ ਉਹ ਸਭ ਤੋਂ ਵੱਡੀ ਹਰਡਲ ਸੀ, ਸਭ ਤੋਂ ਵੱਡੀ ਰੋਕ ਸੀ, ਜਿਹਦੇ ਕਰਕੇ ਭਾਈ ਰਣਧੀਰ ਸਿੰਘ ਨਾਰੰਗਵਾਲ ਕਰਕੇ ਬਾਕੀ ਸਾਰੇ ਗਦਰ ਲਹਿਰ ਨੂੰ ਕਾਮਰੇਡ ਬਣਾਉਣਾ ਜਿਹੜਾ ਸੀਗਾ ਮੁਸ਼ਕਲ ਹੋ ਜਾਣਾ ਸੀ। ਸੋ ਉਹਨੂੰ ਵਿੱਚੋਂ ਇਹਨਾਂ ਨੇ ਮਨਫੀ ਕਰਤਾ, ਉਹਦਾ ਜ਼ਿਕਰ ਹੀ ਨਹੀਂ ਕੀਤਾ। ਇਵੇਂ ਦੀਆਂ ਕਰਤੂਤਾਂ 36,000 ਨੇ ਇਹਨਾਂ ਦੀਆਂ, ਜਿਹੜੀਆਂ ਸਰਦਾਰ ਅਜਮੇਰ ਸਿੰਘ ਤੇ ਰਾਜਵਿੰਦਰ ਸਿੰਘ ਰਾਹੀ ਵਰਗਿਆਂ ਨੇ ਸਾਹਮਣੇ ਲਿਆਂਦੀਆਂ, ਕਿਉਂਕਿ ਉਹ ਇਹਨਾਂ ਦੇ ਵਿੱਚ ਵਿਚਰੇ ਸੀ, ਇਹਨਾਂ ਦਾ ਸਾਰਾ ਹੀਜ ਪਿਆਜ ਨੰਗਾ ਕਰਤਾ। ਉਹਨਾਂ ਕਰਕੇ ਅਸੀਂ ਅੱਜ ਬਾਹ ਕੱਢ ਕੇ ਲਲਕਾਰ ਕੇ ਕਾਮਰੇਡਾਂ ਨੂੰ ਘੇਰਨ ਜੋਗੇ ਹਾਂ ਕਿ ਅਸੀਂ ਤੁਹਾਨੂੰ ਜਾਣਦੇ ਹਾਂ, ਤੁਹਾਨੂੰ ਪਛਾਣਦੇ ਹਾਂ। ਇਹਨਾਂ ਦਾ ਬੜਾ ਵਹਿਮ ਸੀ ਲੋਕਾਂ 'ਚ ਵੀ ਬੜੇ ਸਿਆਣੇ ਹੁੰਦੇ ਆ, ਬੜੇ ਵਿਦਵਾਨ ਹੁੰਦੇ ਆ। ਹੁਣ ਆ ਸਾਰੇ ਕਹਿੰਦੇ ਅਸੀਂ ਕਾਮਰੇਡ ਹਾਂ, ਤੇ ਜਿਹੜਾ ਸਾਡਾ ਹੀਰੋ ਆ ਜੀ ਕਹਿੰਦੇ ਸਰਦਾਰ ਭਗਤ ਸਿੰਘ ਆ, ਮੰਨ ਲਈ ਗੱਲ ਵੀ ਸਰਦਾਰ ਭਗਤ ਸਿੰਘ ਤੁਹਾਡਾ ਹੀਰੋ ਆ। ਪਰ ਮੈਂ ਜਦੋਂ ਸਕੂਲੇ ਪੜ੍ਹਦਾ ਸਨ ਉੱਥੇ ਇੱਕ ਪਾਠ ਲੱਗਿਆ ਹੁੰਦਾ ਸੀ ਪੰਜਾਬੀ ਦੀ ਕਿਤਾਬ 'ਚ, ਜਿਹਦੇ 'ਚ ਸਰਦਾਰ ਭਗਤ ਸਿੰਘ ਦੇ ਮੂੰਹੋਂ ਕਹਾਇਆ ਗਿਆ ਕਿ ਮੈਂ ਬੰਦੂਕਾਂ ਬੀਜਦਾ ਵਾਂ ਅੰਗਰੇਜ਼ਾਂ ਨਾਲ ਲੜਨ ਦੇ ਲਈ। ਹੁਣ ਦਮੂਕਾਂ ਕਿਹਾ ਸੀ ਉਹਦੇ ਵਿੱਚ, ਮੈਂ ਦਮੂਕਾਂ ਬੀਜਦਾ, ਕਿਉਂਕਿ ਬੱਚਿਆਂ ਦੇ ਬਾਲ ਅਵਸਥਾ 'ਚ ਬੋਲ ਬੰਦੂਕ ਨਹੀਂ, ਮੂੰਹ 'ਚੋਂ ਨਿਕਲਦਾ ਦਮੂਕ ਕਹਿੰਦਾ। ਹੁਣ ਇੱਕ ਪਾਸੇ ਤਾਂ ਸਾਨੂੰ ਇਹ ਦੱਸਿਆ ਗਿਆ ਕਿ ਸਰਦਾਰ ਭਗਤ ਸਿੰਘ ਜਿਹੜਾ ਸੀ ਉਹ ਜਦੋਂ ਹਜੇ ਬੰਦੂਕ ਨੂੰ ਵੀ ਦਮੂਕ ਕਹਿੰਦਾ ਸੀ, ਉਸ ਉਮਰ ਵਿੱਚ ਉਹ ਬੰਦੂਕਾਂ ਵਾਲੇ ਰਾਹ ਪੈ ਕੇ, ਇਨਕਲਾਬ ਵਾਲੇ ਰਾਹ ਪੈ ਕੇ, ਉਹ ਗੋਰਿਆਂ ਦੇ ਖਿਲਾਫ ਆਜ਼ਾਦੀ ਦੇ ਭਾਰਤ ਦੇ ਹੱਕ 'ਚ ਉਹ ਡਟਣ ਵਾਲਾ, ਖਿਆਲ ਰੱਖਣ ਵਾਲਾ ਬੱਚਾ ਜਾਂ ਸੀਗਾ। ਚਲੋ ਵੱਡੀ ਉਮਰ 'ਚ ਜਾ ਕੇ ਉਹਨੇ ਹੋਰ ਵੀ ਵੱਡਾ ਸੋਚਣਾ ਸੀ ਜਾਂ ਕੀਤਾ, ਸਾਰੀ ਗੱਲ ਠੀਕ ਆ। ਪਰ ਭਾਈ ਉਹ ਤਾਂ ਬੰਦੂਕਾਂ 'ਚ ਕੀ ਪੜਦਾ ਸੀ? ਤੁਸੀਂ ਕਹਿੰਦੇ ਹੋ ਨਾਲੇ ਕਹਿੰਦੇ ਹੁੰਦੇ ਹੋ ਜਿਹੜਾ ਇਨਕਲਾਬ ਆ, ਪਤਾ ਨੀ ਉਹ ਬੰਦੂਕ ਦੀ ਗੋਲੀ 'ਚੋਂ ਉਹ 'ਚੋਂ ਬੈਰਲ 'ਚੋਂ ਨਿਕਲਦਾ, ਤੇ ਆਹ ਸਾਰਾ ਜਿਹੜਾ ਅੱਜ ਕੱਲ੍ਹ ਤੁਹਾਡਾ ਵਿਖਾਰ ਚੜਿਆ ਹੋਇਆ ਉਹ ਗਾਂਧੀਵਾਦੀ ਆ।
ਸਾਡੇ ਤਾਂ ਕਲਗੀਧਰ ਸ਼ਹਿਨਸ਼ਾਹ ਨੇ ਸਾਨੂੰ ਮਾਤੀ ਇਹ ਦਿੱਤੀ ਹੋਈ ਆ ਵੀ ਚੂਕਾਰ ਹਜਾ ਹਮ ਹੀਲ ਤੇ ਦਰਗੁਜਸਤ ਹਲਾਲ ਆਸਤ ਬੁੱਧਨ ਬਾ ਸ਼ਮਸ਼ੀਰ ਦਸਤ। ਸਾਨੂੰ ਤਾਂ ਕਿਹਾ ਹੋਇਆ ਪਾਤਸ਼ਾਹ ਨੇ ਕਿ ਜਦੋਂ ਸਾਰੇ ਹੀਲਿਆਂ ਤੋਂ ਗੱਲ ਲੰਘ ਜਾਵੇ ਉਦੋਂ ਤਲਵਾਰ ਚੱਕ ਲਿਓ। ਸਾਨੂੰ ਤਾਂ ਸਾਡੇ ਛੇਵੇਂ ਪਾਤਸ਼ਾਹ ਦਾ ਹੁਕਮਨਾਮਾ ਚੇਤੇ ਆ ਕੇ ਭਾਈ ਵਧੀਆ ਤੋਂ ਵਧੀਆ ਸ਼ਸਤਰ ਰੱਖੋ, ਘੋੜੇ ਰੱਖੋ। ਪਹਿਲਾਂ ਘੋੜੇ ਸ਼ਸਤਰ ਤੇ ਜਦੋਂ ਗੁਰੂ ਪਾਤਸ਼ਾਹ ਨੇ ਦਸ਼ਮੇਸ਼ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਉਦੋਂ ਕਿਰਪਾਨ ਜਿਹੜੀ ਆ ਸ਼ਸਤਰ ਦੇ ਰੂਪ ਦੇ ਵਿੱਚ ਪੱਕੀ ਹੋਈ ਕਕਾਰਾਂ ਦੇ ਰੂਪ ਦੇ ਵਿੱਚ ਪੰਜਾਂ 'ਚ ਸ਼ਾਮਿਲ ਕਰਤੀ, ਪੰਜ ਕਕਾਰਾਂ। ਸੋ ਸਿੱਖ ਤਾਂ ਪਹਿਲਾਂ ਹੀ ਹਥਿਆਰਬੰਦ ਵਾ ਤੇ ਜਦੋਂ ਕਿਸੇ ਦੁਸ਼ਟ ਨਾਲ ਕਿਸੇ ਗਲਤ ਚੀਜ਼ ਨਾਲ ਪੇਚਾ ਪੈ ਜੇ ਸਾਰੇ ਹੀਲਿਆਂ ਤੋਂ ਗੱਲ ਲੰਘ ਜੇ ਖਾਲਸਾ ਜਿਹੜਾ ਹੈਗਾ ਖੰਡਾ ਖੜਕਾ ਦਿੰਦਾ। ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਜੀ ਕਾਮਰੇਡ ਹਾਂ, ਫਿਰ ਕਾਮਰੇਡਾਂ ਦੇ ਦੋ ਸਿਧਾਂਤ ਦੋ ਗੱਲਾਂ ਸਾਹਮਣੇ ਆਈਆਂ। ਇੱਕ ਤਾਂ ਭਗਤ ਸਿੰਘ ਦੇ ਰਾਹੀਂ ਆਈ, ਸਰਦਾਰ ਭਗਤ ਸਿੰਘ ਕਹਿੰਦਾ ਜੀ ਬੰਦੂਕਾਂ ਬੀਜਦਾ। ਦੂਜਾ ਜਿਹੜਾ ਹੈਗਾ ਤੁਸੀਂ ਕਹਿੰਦੇ ਹੁੰਦੇ ਹੋ ਵੀ ਇਨਕਲਾਬ ਜਿਹੜਾ ਹੈਗਾ ਉਹ ਜਿਹੜਾ ਬੰਦੂਕ ਦੀ ਉਹ ਜਿਹੜੀ ਹੁੰਦੀ ਆ ਬੈਰਨ ਨਾਲੀ ਉਹਦੇ ਰਾਹੀਂ ਪ੍ਰਗਟ ਹੁੰਦਾ। ਅੱਜ ਕੱਲ੍ਹ ਤੁਸੀਂ ਸਿੱਖਾਂ ਦਾ ਘਾਣ ਕਰਾਈ ਜਾਂਦੇ ਹੋ, ਸਾਡੇ ਹਥਿਆਰਬੰਦ ਗੁਰੂ ਦੇ ਲਾਡਲੇ ਸਿੱਖਾਂ ਨੂੰ ਜਿਹਨਾਂ ਨੇ ਸ੍ਰੀ ਸਾਹਿਬਾਂ ਪਹਿਨੀਆਂ ਹੁੰਦੀਆਂ ਨੇ ਉਹਨਾਂ ਸਾਰਿਆਂ ਨੂੰ ਮਰਵਾਈ ਜਾਂਦੇ ਹੋ। ਕਾਹਦਾ ਤੁਹਾਡਾ ਦਿਮਾਗ ਆ, ਉਹ ਕਿੱਥੇ ਆ ਦਿਮਾਗ ਉਹ ਜਿਹੜਾ ਸਾਨੂੰ 40 ਸਾਲ ਤੁਸੀਂ ਪਿੱਟਦੇ ਰਹੇ ਹੋ। ਇਹ 40 ਸਾਲ ਵਾਲੀ ਗੱਲ ਬੜੀ ਚੱਲ ਰਹੀ ਅੱਜ ਕੱਲ੍ਹ ਬਈ ਜੀ 40 ਸਾਲ ਦਾ ਤਜਰਬਾ। ਉਹ 40 ਸਾਲ ਦਾ ਤਜਰਬਾ ਬੰਦੇ ਮਰਵਾਉਣ ਦਾ ਹੀ ਆ ਨਾ, 40 ਸਾਲ ਦਾ ਤਜਰਬਾ ਕੋਈ ਪ੍ਰਾਪਤੀਆਂ ਦਾ ਥੋੜ੍ਹੀ ਆ, 40 ਸਾਲ ਦਾ ਤਜਰਬਾ ਲੋਕਾਂ ਦੇ ਪੁੜੇ ਘਟਾਉਣ ਦਾ। ਆਹ 8 ਵਿਚਾਰੇ ਕੱਲ੍ਹ ਫੇਰ ਮਾਰੇ ਗਏ। ਮੈਂ ਇੱਥੇ ਇੱਕ ਗੱਲ ਪੁੱਛਣੀ ਚਾਹੁੰਦਾ ਕਾਮਰੇਡ ਲੌਂਗਲਾਣੇ ਨੂੰ, ਖਾਸ ਤੌਰ ਤੇ ਜਿਹੜੇ ਕਿਸਾਨ ਸੰਘਰਸ਼ ਦੇ ਬਹੁਤੇ ਹਮਾਇਤੀ ਆ ਉਹ ਵੀ ਇਸ ਪਾਸੇ ਧਿਆਨ ਦੇਣ ਕਿ 1978 ਤੋਂ ਚੱਲੇ ਸਿੱਖ ਸੰਘਰਸ਼ ਦੇ ਬਾਰੇ ਇਹਨਾਂ ਕਾਮਰੇਡਾਂ ਨੇ ਬਹੁਤ ਭੰਡੀ ਪ੍ਰਚਾਰ ਕੀਤਾ ਕਿ ਜੀ ਸਿੱਖਾਂ ਨੇ ਇਹ ਸੰਘਰਸ਼ ਛੇੜ ਕੇ ਬਹੁਤ ਭੱਡੀ ਗਲਤੀ ਕੀਤੀ ਹੈ, ਇਹਦੀ ਕਰਕੇ ਬੜਾ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ। ਕਾਮਰੇਡਾਂ ਦੀ ਬੜੀ ਦੁਹਾਈ ਆ ਕਿ ਜੀ ਪੰਜਾਬ ਤਾਂ 50 ਸਾਲ ਪਿੱਛੇ ਪੈ ਗਿਆ ਇਹਨਾਂ ਦੀ ਲਹਿਰ ਕਰਕੇ, ਇਹਨਾਂ ਨੇ ਜੀ ਇਹ ਸੰਘਰਸ਼ ਤੋੜਿਆ ਹੀ ਕਾਹਤੋਂ, ਇਹ ਤਾਂ ਬੜੇ ਮਾੜੇ ਆ। ਸਭ ਤੋਂ ਪਹਿਲੀ ਗੱਲ ਤਾਂ ਕਾਮਰੇਡੋ ਇਹ ਦੱਸੋ ਵੀ ਸਤਲੁਜ ਜਮਨਾ ਲਿੰਕ ਨਹਿਰ ਦੇ ਖਿਲਾਫ ਜਿਹੜਾ ਕਪੂਰੀ ਨਹਿਰ ਦਾ ਮੋਰਚਾ ਲੱਗਿਆ ਸੀ ਉਹਦੇ ਵਿੱਚ ਤੁਸੀਂ ਨਾਲ ਨਹੀਂ ਸੀ, ਤੁਸੀਂ ਲਾਲ ਝੰਡੇ ਛੱਡ ਕੇ ਉੱਥੋਂ ਭੱਜ ਗਏ, ਉਦੋਂ ਤੇ ਮੁੜ ਕੇ ਸਾਨੂੰ ਟੱਕਰੇ ਹੀ ਨਹੀਂ ਕਦੇ ਪੰਥ ਨੂੰ, ਤੁਸੀਂ ਉਦਾਂ ਨਾਲ ਸੀ, ਤੁਸੀਂ ਅੱਡੀਆਂ ਨੂੰ ਥੁੱਕ ਲਾ ਕੇ ਤਿੱਤਰ ਹੋ ਗਏ ਤੇ ਪੰਥ ਵਿਚਾਰਾ ਖੜਿਆ ਰਿਹਾ, ਪੰਥ ਅੜਿਆ ਰਿਹਾ। ਪੰਥ ਨੇ ਕਿਹਾ ਵੀ ਦੁਸ਼ਟੋ ਬਿੱਲੀ ਨੂੰ ਕਿਹਾ ਕਿ ਅਸੀਂ ਪੰਜਾਬ ਦੇ ਪਾਣੀ ਬਚਾਉਣ ਲਈ ਜੇ ਅਸੀਂ ਇੱਕ ਵਾਰੀ ਘਰੋਂ ਹੁਣ ਨਿਕਲ ਆਏ ਹਾਂ ਨਾ, ਹੁਣ ਕਿਸੇ ਗੱਲ ਨਾਲ ਹੀ ਗੱਲ ਖਤਮ ਹੋ। ਤੁਸੀਂ ਭਾਈ ਬਾਹਰੇ ਸਿਆਣੇ ਵਾਕਈ ਸਿਆਣੇ ਹੋ, ਜਿਹੜੇ ਜਿਹੜੇ ਦਿੱਲੀ ਦਰਬਾਰ ਦੇ ਜਦੋਂ ਦੇਖਿਆ ਵੀ ਉੱਥੇ 76 ਫਿਰਨਗੇ, ਜਦੋਂ ਉੱਥੇ ਪਤਾ ਲੱਗਿਆ ਵੀ ਗੋਲੀ ਚੱਲੂ, ਤੁਸੀਂ ਵਧੀਆ ਰਿਹਾ ਭਾਈ ਝੰਡੇ ਝੁੰਡੇ ਛੱਡ ਕੇ ਭੱਜ ਕੇ, ਸਾਥੋਂ ਇਹ ਕਰਤੂਤ ਹੋਈ ਨੀ ਸਿੱਖਾਂ ਤੋਂ, ਪੰਥ ਗੱਡਿਆ ਰਿਹਾ। ਪੰਥ ਨੇ ਉਹ ਮੋਰਚਾ ਧਰਮਯੁੱਧ ਮੋਰਚੇ ਦੇ ਨਾਲ ਜੋੜ ਕੇ ਵੱਡਾ ਕਰ ਲਿਆ। ਪੰਥ ਧਰਮਯੁੱਧ ਮੋਰਚੇ ਦੇ ਦੀਆਂ ਉਹ ਜਿਹੜੀਆਂ ਹੱਕੀ ਮੰਗਾਂ ਸੀ ਜਿਹਨਾਂ ਬਾਰੇ ਤੁਸੀਂ ਕਹਿੰਦੇ ਹੋ ਕਿ ਜੀ ਉਹ ਮੰਗਾਂ ਹੀ ਗਲਤ ਸੀ, ਉਹ ਚੱਲਣਾ ਹੀ ਨਹੀਂ ਸੀ, ਉਹ ਸੰਘਰਸ਼ ਆਇਆ ਸੀ ਬਹੁਤ ਸੀ, ਭਾਈ ਸਾਹਿਬ ਕਾਮਰੇਡੋ ਦਿੱਲੀ ਦਰਬਾਰ ਦੇ ਨਾਲ ਜਿੰਨੀਆਂ ਮੀਟਿੰਗਾਂ ਉਹਨਾਂ ਅਕਾਲੀਆਂ ਦੀਆਂ ਹੋਈਆਂ ਜਿਹਨਾਂ ਦੇ ਉੱਤੇ ਸਾਡਾ ਵੀ ਬਹੁਤਾ ਭਰੋਸਾ ਨਹੀਂ, ਉਹਨਾਂ ਜਿਹਨਾਂ ਉੱਤੇ ਸਾਡਾ ਪੰਥ ਵੀ ਬਹੁਤਾ ਯਕੀਨ ਨਹੀਂ ਕਰਦਾ, ਉਹਨਾਂ ਨੇ ਵੀ ਧੁੱਕੀ ਕੱਢਤੀ। ਸਾਰੇ ਦੇ ਸਾਰੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਦਿੱਲੀ ਦਰਬਾਰ ਦੇ ਨੁਮਾਇੰਦਿਆਂ ਨੂੰ ਮੰਨਣਾ ਪਿਆ ਕਿ ਇਹ ਗੱਲਾਂ ਠੀਕ ਨੇ, ਬਿਲਕੁਲ ਠੀਕ ਨੇ। ਔਰ ਅੱਜ ਵੀ ਜਿਹੜਾ ਕਹਿੰਦਾ ਕਹਾਉਂਦਾ ਤੁਹਾਡਾ ਚੋਟੀ ਦਾ ਕਾਮਰੇਡ ਆ ਉਹ ਸਿੱਖਾਂ ਦੇ ਸਭ ਤੋਂ ਸਧਾਰਨ ਜੇ ਸਿੱਖ ਨਾਲ ਅਸੀਂ ਬਿਠਾ ਦਿੰਦੇ ਹਾਂ, ਉਹ ਸਾਡਾ ਸਧਾਰਨ ਜਾਂ ਸਿੱਖ ਜਿਹੜਾ ਹੈਗਾ ਉਹ ਧੁੱਕੀ ਕੱਢ ਦੂ, ਤਸੱਲੀ ਕਰਾ ਦੂ ਵੀ ਕਾਮਰੇਡ ਤੁਸੀਂ ਝੂਠ ਬੋਲਦੇ ਹੋ। ਉਹ ਸਾਰੀਆਂ ਗੱਲਾਂ ਬਿਲਕੁਲ ਹੱਕੀ ਸੀ, ਉਹ ਜਾਇਜ਼ ਸੀ ਜਿਹਨਾਂ ਲਈ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਸੀ। ਧਰਮਯੁੱਧ ਮੋਰਚੇ ਦੀਆਂ ਮੁੱਖ ਜਿਹੜੀਆਂ ਮੰਗਾਂ ਸੀ ਜਾਂ ਮੁੱਖ ਗੱਲਾਂ ਸੀ ਉਹ 'ਚ ਕਪੂਰੀ ਨਹਿਰ ਦਾ ਮੋਰਚੇ ਵਾਲੀ ਮੰਗ ਕਿ ਸਤਲੁਜ ਦਰਿਆ ਦਾ ਪਾਣੀ ਜਮਨਾ ਦਰਿਆ 'ਚ ਨਹੀਂ ਪੈਣ ਦੇਣਾ, ਪੰਜਾਬ ਦੇ ਪਾਣੀਆਂ ਉੱਤੇ ਸਭ ਤੋਂ ਪਹਿਲਾ ਹੱਕ ਸਾਡਾ, ਤੇ ਅਸੀਂ ਉਸ ਦੀ ਲੜਾਈ ਜਿਹੜੀ ਸੀ ਉਹ ਲੜਦੇ ਰਹੇ। 1984 'ਚ ਦਿੱਲੀ ਦਰਬਾਰ ਨੇ ਅਟੈਕ ਕਰਤਾ, ਘੱਲੂਘਾਰਾ ਵਾਪਰ ਗਿਆ, ਬੜਾ ਭਾਰੀ ਨੁਕਸਾਨ ਜਿਹੜਾ ਹੋਇਆ। ਉਸ ਤੋਂ ਬਾਅਦ ਵਿੱਚ ਇੱਥੇ ਜੁਝਾਰੂ ਸੰਘਰਸ਼ ਸ਼ੁਰੂ ਹੋ ਗਿਆ, ਪਰ ਸਾਨੂੰ ਚੇਤੇ ਸੀ ਕਿ ਬੇਸ਼ੱਕ ਲੌਂਗੋਵਾਲ ਦੇ ਨਾਲ ਰਾਜੀਵ ਦਾ ਸਮਝੌਤਾ ਹੋ ਗਿਆ ਹੋਵੇ ਜਿਹਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਬਣਾਉਣੀ ਮੰਨ ਲਈ ਗਈ ਹੋਵੇ, ਪਰ ਅਸੀਂ ਇਹ ਨਹੀਂ ਦੇਖਣਾ ਕਿ ਕਾਮਰੇਡ ਭੱਜ ਗਏ ਤੇ ਲੌਂਗੋਵਾਲ ਹੁਣੀ ਗਦਾਰੀ ਕਰ ਗਏ, ਲੌਂਗੋਵਾਲ ਨੂੰ ਵੀ ਠੋਕੋ ਤੇ ਨਹਿਰ ਵੀ ਨਹੀਂ ਬਣ ਦੇਣੀ। ਧੰਨ ਰਿਹਾ ਉਹ ਸੂਰਮੇ ਜਿਨ੍ਹਾਂ ਨੇ ਸਤਲੁਜ ਜਮਨਾ ਲਿੰਕ ਨਹਿਰ ਬਣਾਉਣ ਦੇ ਲਈ ਜਿਹੜੀ ਲੇਬਰ ਆਈ ਸੀ ਉਹਨੂੰ ਵੀ ਭਜਾਇਆ, ਜਿਹੜੇ ਇੰਜੀਨੀਅਰ ਸੀ ਉਹਨਾਂ ਨੂੰ ਵੀ ਕਿਹਾ ਭਾਈ ਨਾ ਕੰਮ ਕਰੋ, ਜਦੋਂ ਨਹੀਂ ਹਟੇ
ਫਿਰ ਸੀਸ ਤਲੀ ਤੇ ਧਰ ਕੇ ਖੰਡਾ ਵੀ ਖੜਕਾਇਆ ਔਰ ਜੋ ਘਟਨਾਵਾਂ ਵਾਪਰੀਆਂ ਇੱਕ ਰੋਪੜ ਦੇ ਇਲਾਕੇ ਦੇ ਵਿੱਚ ਬਹੁਤ ਭਾਰੀ ਗੋਲਾਬਾਰੀ ਹੋਈ ਦੂਜੀ ਵਾਰ ਜਿਹੜੇ ਸਤਲੁਜ ਜਮਨਾ ਲਿੰਕ ਨਹਿਰ ਦੇ ਵੱਡੇ ਅਧਿਕਾਰੀ ਸੀ ਉਹ ਤੇ ਇੱਕ ਵਾਰੀ ਇੱਕ ਹੋਰ ਅਫਸਰ ਸੀ ਸਤਲੁਜ ਜਮਨਾ ਲਿੰਕ ਨਹਿਰ ਨਾਲ ਜਿਹੜੇ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸੰਬੰਧਿਤ ਤੇ ਜਿਹੜਾ ਦਰਿਆਈ ਪਾਣੀਆਂ ਨੂੰ ਛੱਡ ਕੇ 1988 ਦੇ ਵਿੱਚ ਪੰਜਾਬ 'ਚ ਹੜ੍ਹ ਲਿਆਂਦੇ ਗਏ ਸੀ ਉਹ ਚੇਤੇ ਕਰੋ ਜਦੋਂ ਹੜ੍ਹ ਲਿਆਂਦੇ ਜਿਹੜਾ ਬੀ ਐਨ ਕੁਮਾਰ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਡਾਇਰੈਕਟਰ ਉਹਨੂੰ ਫਿਰ ਸਿੰਘਾਂ ਨੇ ਜਿਹੜੀ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਹੁੰਦੀ ਆ ਉਹ ਦਿੱਤੀ ਸੋ ਜਿੰਨਾ ਸਿੱਖਾਂ ਨੂੰ ਤੁਸੀਂ ਕਹਿੰਦੇ ਹੋ ਕਿ ਜੀ ਇਹ ਪੰਜਾਬ ਦੇ ਪਾਣੀਆਂ ਲਈ ਜਾਂ ਪੰਜਾਬ ਦੀ ਧਰਤੀ ਲਈ ਇਹਨਾਂ ਨੇ ਕੀਤਾ ਕੀ ਆ ਇਹ ਆਹ ਹੁਣ 30-35 ਸਾਲ ਦੀਆਂ ਗੱਲਾਂ ਨੇ ਇਹਦਾ ਹੁਣ ਹਜੇ ਸਿਆਹੀ ਵੀ ਨਹੀਂ ਸੁੱਕੀ ਅਜੇ ਉਹਨਾਂ ਘਰਾਂ ਦੇ ਵਿੱਚ ਦਰੀਆਂ ਵੀ ਨਹੀਂ ਚੱਕੀਆਂ ਸਫ਼ਰ ਵਿਛੇ ਹੋਏ ਨੇ ਜਿਹਨਾਂ ਨੂੰ ਸੋਧਿਆ ਸਿੰਘਾਂ ਨੇ ਕਿ ਅਸੀਂ ਪੰਜਾਬ ਦੇ ਪਾਣੀ ਨਹੀਂ ਜਾਣ ਦੇਣੇ ਉਦੋਂ ਵੱਡੀ ਗੱਲ ਉਹ ਤਿਆਗੀ ਹੁੰਦਾ ਸੀ ਇੱਕ ਪ੍ਰਾਈਸ ਕਮਿਸ਼ਨ ਦਾ ਚੇਅਰਮੈਨ ਜਿਹੜਾ ਦਿੱਲੀ ਦੇ ਵਿੱਚ ਜਿਣਸਾਂ ਦੇ ਰੇਟ ਤੈਅ ਕਰਦਾ ਕਮਿਸ਼ਨ ਉਹਦਾ ਚੇਅਰਮੈਨ ਸੀ ਤਿਆਗੀ ਤੇ ਤੁਹਾਡੀ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਉਹ ਜੁਝਾਰੂ ਸਿੰਘਾਂ ਨੂੰ ਮਿਲੇ ਬੱਬਰ ਖਾਲਸਾ ਦੇ ਭਾਈ ਸੁਖਦੇਵ ਸਿੰਘ ਬੱਬਰਵਾਲ ਨੂੰ ਮਿਲੇ ਤੇ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ ਉਹਦੇ ਘਰੇ ਕੋਈ ਕਾਰਜ ਆ ਸ਼ਾਇਦ ਉਹਦੀ ਲੜਕੀ ਦਾ ਜਾਂ ਲੜਕੇ ਦਾ ਵਿਆਹ ਆ ਥੋੜੇ ਜਿਹੇ ਦਿਨ ਲੰਘਾ ਲਈਏ ਇਹ ਕਹਿੰਦੇ ਜੀ ਨਹੀਂ ਸਾਡਾ ਨਹੀਂ ਸਰਦਾ ਸੋ ਉਸ ਮੌਕੇ ਅੱਜ ਕਿਤਾਬਾਂ ਛਪ ਚੁੱਕੀਆਂ ਨੇ ਆ ਹੁਣੇ ਜਿਹੜਾ ਇੰਡੀਅਨ ਐਕਸਪ੍ਰੈਸ ਵਿੱਚ ਕੰਮ ਕਰਦੇ ਹੁੰਦੇ ਸੀਗੇ ਰਿਟਾਇਰ ਹੋ ਚੁੱਕੇ ਆ ਹੁਣ ਉਹ ਸ਼ਾਇਦ BBC ਨਾਲ ਕੰਮ ਕਰਦੇ ਆ ਪੱਤਰਕਾਰ ਸਰਦਾਰ ਜਗਤਾਰ ਸਿੰਘ ਜੀ ਉਹਨਾਂ ਦੀ ਕਿਤਾਬ ਆਈ ਆ ਰਿਵਰਸ ਔਨ ਫਾਇਰ ਉਹਦੇ ਵਿੱਚ ਉਹ ਸਾਰੀ ਡਿਟੇਲ ਦੱਸੀ ਗਈ ਆ ਕਿ ਕਿਵੇਂ ਭਾਰਤੀ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਆਪਦੀ ਮਰਜ਼ੀ ਦੀ ਤਰੀਕ ਉੱਤੇ BN ਉਹ ਜਿਹੜਾ ਤਿਆਗੀ ਸੀਗਾ ਉੱਥੇ ਦਿੱਲੀ ਦੇ ਵਿੱਚ ਪ੍ਰਾਈਸ ਕਮਿਸ਼ਨ ਦਾ ਚੇਅਰਮੈਨ ਉਹ ਕਿਵੇਂ ਉਹਦਾ ਕੰਮ ਕਰਵਾਇਆ ਤੁਸੀਂ ਉਦੋਂ ਸਾਤੋਂ ਆਪਦੀ ਮਰਜ਼ੀ ਦੇ ਤਰੀਕ ਉੱਤੇ ਕੰਮ ਕਰਵਾਉਂਦੇ ਰਹੇ ਤੁਸੀਂ ਜੇ ਪੰਜਾਬ ਦੇ ਖੇਤੀ ਦਾ ਮਸਲਾ ਤਾਂ ਪੰਥ ਦੇ ਜੁਝਾਰੂ ਸੂਰ ਨੇ ਸੀਸ ਤਲੀ ਤੇ ਧਰ ਕੇ ਸਿਰ ਤੇ ਖੱਪਾ ਬੰਨ੍ਹ ਕੇ ਲੜੇ ਉਹਨਾਂ ਨੂੰ ਅਕਲ ਨਹੀਂ ਸੀ ਤੁਹਾਨੂੰ ਘਰੇ ਬੈਠਾ ਨੂੰ ਬਹੁਤੀ ਅਕਲ ਆ ਗਈ ਅੱਜ ਅਸੀਂ ਕਾ ਜਿਹੜੇ ਹੈਗੇ ਆ ਸਿੱਖ ਸਾਡੇ ਚੋਂ ਤੁਹਾਨੂੰ ਮੁਸ਼ਕ ਮਾਰਨ ਲੱਗ ਗਿਆ ਸਿੱਖੀ ਤੋਂ ਮੁਸ਼ਕ ਮਾਰਨ ਲੱਗ ਗਿਆ ਤੁਹਾਨੂੰ ਹੈ ਤੇ ਉਦੋਂ ਜਿੱਦਣ ਸੀਸ ਤਲੀ ਤੇ ਧਰ ਕੇ ਪੰਜਾਬ ਦੇ ਦਰਿਆਈ ਪਾਣੀ ਲੁੱਟਣ ਵਾਲੇ ਪ੍ਰੋਜੈਕਟ ਦੇ ਨਾਲ ਜੁੜੇ ਲੋਕਾਂ ਨੂੰ ਹਿੱਕ ਚ ਗੋਲੀਆਂ ਠੋਕ ਕੇ ਔਰ ਅੱਜ ਤੱਕਰ ਇੱਕ ਸੀਮਿੰਟ ਦਾ ਫਿਰ ਚਮਚਾ ਨਹੀਂ ਲੱਗਿਆ ਹੈਗਾ ਬੰਨ ਲਾਇਆ ਸਤਲੁਜ ਜਮਨਾ ਲਿੰਕ ਨਹਿਰ ਤੇ ਇਹ ਧਰਨੇ ਮਜਾਰਿਆਂ ਨਾਲ ਨਹੀਂ ਕੰਮ ਰੋਕਿਆ ਜਿਵੇਂ ਰੋਕਣਾ ਆਉਂਦਾ ਸਿੰਘਾਂ ਨੂੰ ਉਵੇਂ ਰੋਕਿਆ ਸੋ ਜੁਝਾਰੂ ਸੰਘਰਸ਼ ਨੇ ਉਹ ਸਾਰਾ ਕੁਛ ਕੀਤਾ ਜਿਹੜਾ ਕਰਨਾ ਚਾਹੀਦਾ ਸੀ ਪੰਜਾਬ ਦੇ ਪਾਣੀ ਬਚਾਉਣ ਲਈ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਦੇ ਲਈ ਤੇ ਆਹ ਜਿਹੜਾ ਸੀਗਾ ਦੂਜਾ ਖੇਤੀ ਕਮਿਸ਼ਨ ਦਾ ਚੇਅਰਮੈਨ ਇਹ ਤੁਸੀਂ ਭਾਈ ਕਰਾਇਆ ਕੰਮ ਤੇ ਇਹ ਜਿਹੜਾ ਜਗਤਾਰ ਸਿੰਘ ਨੇ ਰਿਵਰਸ ਔਨ ਫਾਇਰ ਕਿਤਾਬ ਦੇ ਵਿੱਚ ਤੁਹਾਡੀ ਸਾਰੀ ਗੱਲ ਉਹ ਲਿਖੀ ਆ ਅਸੀਂ ਤਾਂ ਨਹੀਂ ਸੀ ਚਾਹੁੰਦੇ ਵੀ ਇਹ ਤੁਹਾਡੀਆਂ ਕਰਤੂਤਾਂ ਖੋਲ੍ਹਣ ਪਰ ਹੁਣ ਜਿਹੜਾ ਜੋ ਤੁਸੀਂ ਕੰਮ ਹੀ ਆ ਫੜ ਲਿਆ ਕਿਸਾਨ ਸੰਘਰਸ਼ ਦੇ ਬਹਾਨੇ ਪੰਜਾਬ ਦੇ ਸਿੱਖਾਂ ਕੋਲੋਂ ਸਿੱਖੀ ਖੋਹ ਕੇ ਇਹਨਾਂ ਨੂੰ ਕਾਮਰੇਡ ਬਣਾਉਣ ਦਾ ਜਿਹੜਾ ਤੁਹਾਨੂੰ ਝੱਜ ਸਵਾਲ ਲਿਆ ਨਾ ਝੱਲ ਇਹ ਚੰਗੀ ਤਰ੍ਹਾਂ ਲੈਣਾ ਕਿਵੇਂ ਲੈਣਾ ਮੈਂ ਪਹਿਲਾਂ ਵੀ ਗੱਲ ਛੇੜੀ ਕਿ ਪਹਿਲਾਂ 1970-71 ਦੇ ਦੌਰ ਵਿੱਚ ਵੀ ਕਾਮਰੇਡਾਂ ਨੂੰ ਬੜੀ ਭੂਤ ਚੜੀ ਸੀ ਬੜਾ ਆਪਦੇ ਆਪ ਨੂੰ ਖੱਬੇ ਖਾਂ ਸਮਝਣ ਵੀ ਚੱਕ ਦਿਆਂਗੇ ਜੀ ਫੱਟੇ ਇੱਥੇ ਅਸੀਂ ਤਾਂ ਜੀ ਹੁਣ ਲਾਲ ਝੰਡੇ ਚਲਾ ਦਿਆਂਗੇ ਪਰ 1978 ਦੇ ਸਾਕੇ ਨੇ ਸਿੱਖਾਂ ਨੂੰ ਇਹੋ ਜਿਹਾ ਜਗਾਇਆ ਕਿ ਪੰਜਾਬ ਦੇ ਸਕੂਲਾਂ ਕਾਲਜਾਂ 'ਚ ਕੀ ਪਿੰਡਾਂ 'ਚ ਵੀ ਲਾਲ ਝੰਡੇ ਲਾ ਕੇ ਅੰਦਰ ਕਰ ਲਏ ਸੀ ਤੇ ਨਪਾਲੇ ਨਹੀਂ ਸੀ ਥਿਉਂਦੇ ਫਿਰ ਇੰਡੀਅਨ ਸਟੇਟ ਦੇ ਹਥਿਆਰਾਂ ਨਾਲ ਉਹਦੀ ਛਤਰ ਛਾਇਆ ਹੇਠ ਸਰਕਾਰੀ ਸੁਰੱਖਿਆ ਏਜੰਸੀਆਂ ਜਿਨ੍ਹਾਂ ਦੇ ਖਿਲਾਫ਼ ਕਹਿੰਦੇ ਅਸੀਂ ਲੜਦੇ ਹਾਂ ਇਨਕਲਾਬ ਲਿਆਉਣਾ ਉਹਨਾਂ ਦੇ ਝੰਡੇ ਚੱਕ ਕੇ ਤੁਰੇ ਫਿਰਦੇ ਸੀ ਉਹਨਾਂ ਦੇ ਹਥਿਆਰ ਲੈ ਕੇ ਜੁਝਾਰੂ ਸਿੰਘਾਂ ਦੇ ਖਿਲਾਫ਼ ਲੜੇ ਤੇ ਰੈੱਡ ਗਾਰਡ ਤੇ ਸਰਾਭਾ ਬ੍ਰਿਗੇਡ ਤੇ ਪਤਾ ਨਹੀਂ ਕੀ ਕੁਝ ਜਿਹਾ ਬਣਾ ਕੇ ਕੈਟ ਬਣੇ ਜਿੰਨਾ ਟਾਊਟੀ ਦਾ ਕੰਮ ਸਾਰੇ ਸੰਘਰਸ਼ ਦੌਰਾਨ ਹੋਇਆ ਉਹ ਕਾਮਰੇਡਾਂ ਨੇ ਕੀਤਾ ਤੇ ਇਹਨਾਂ ਤੋਂ ਜਿਹੜੇ ਬਚ ਗਏ ਹੁਣ ਇਸ ਸੰਘਰਸ਼ ਮੌਕੇ ਉਹ ਲੀਡਰ ਬਣੇ ਫਿਰਦੇ ਆ ਤੇ ਇਹ ਜਿਹੜੇ ਲੋਕ ਨੇ ਇਹ ਸੋਚਦੇ ਆ ਵੀ ਖਾਲੀ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਜੋ ਅਸੀਂ ਮਰਜ਼ੀ ਭਕਾਈ ਮਾਰਦੇ ਰਹੀਏ ਪਰ ਹਕੀਕਤ ਇਹ ਆ ਕਿ ਇਹ ਗੱਲ ਨਾ ਤਾਂ ਅੱਜ ਲੁਕੇ ਨਾ 1 ਲੱਖ ਸਾਲ ਬਾਅਦ ਲੁਕੇ ਕਿ ਖਾਲਿਸਤਾਨੀ ਸੰਘਰਸ਼ ਦੌਰਾਨ ਕਾਮਰੇਡਾਂ ਨੇ ਸਿੱਖੀ ਅਤੇ ਸਿੱਖਾਂ ਦਾ ਠੋਕਵਾਂ ਵਿਰੋਧ ਕੀਤਾ ਸੀ ਤੇ ਅਸੀਂ ਭਾਈ ਹੈਗੇ ਆ ਮੁੱਦਿਆਂ ਦੇ ਆਧਾਰ ਤੇ ਲੜਨ ਵਾਲੇ ਆ ਕਿਸਾਨ ਸੰਘਰਸ਼ ਦੇ ਵਿੱਚ ਸਿੱਖਾਂ ਦਾ ਹੋਣਾ ਅੱਤ ਜ਼ਰੂਰੀ ਆ ਕਿਉਂ ਕਿਉਂਕਿ ਧਰਤੀ ਜਿਹੜੀ ਆ ਇਸ ਪੰਜਾਬ ਦੀ ਧਰਤੀ ਉੱਤੇ ਸਾਡਾ ਹੱਕ ਵਾ ਤੇ ਇਸ ਧਰਤੀ ਦੇ ਉੱਤੇ ਜੇਕਰ ਕੋਈ ਦਿੱਲੀ ਵੱਲੋਂ ਪੱਛਮ ਵੱਲੋਂ ਚੜ੍ਹ ਕੇ ਆਵੇ ਤਾਂ ਵੀ ਸਿੱਖ ਮੂਹਰੇ ਖੜਾ ਤੇ ਜੇਕਰ ਦਿੱਲੀ ਵੱਲੋਂ ਆਇਆ ਤਾਂ ਵੀ ਖੜਾ ਇੱਥੇ ਇੱਕ ਵਾਰੀ ਮੀਰ ਮੰਨੂ ਦੇ ਵੇਲੇ ਅਬਦਾਲੀ ਨੇ ਹਮਲਾ ਕਰਨਾ ਸੀ
ਤਾਂ ਮੀਰ ਮੰਨੂ ਨੂੰ ਦਿੱਲੀ ਦਰਬਾਰ ਨੇ ਜਵਾਬ ਦੇਤਾ। ਉਹ ਮੀਰ ਮੰਨੂ ਜਿਹਦੇ ਬਾਰੇ ਸਾਡੇ ਇਤਿਹਾਸ ਵਿੱਚ ਦਰਜ ਵਾ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਬਣਦਾ ਅਸੀਂ ਦੂਣ ਸਵਾਏ ਹੋਏ। ਉਸ ਮੀਰ ਮੰਨੂ ਦੇ ਦੀਵਾਨ ਕੌੜਾ ਮੱਲ ਨੇ ਜਦੋਂ ਆ ਕੇ ਗੱਲ ਕਹੀ ਕਿ ਜੇ ਅਬਦਾਲੀ ਇੱਥੇ ਮੀਰ ਮੰਨੂ ਨੂੰ ਹਰਾ ਕੇ ਕਾਬਜ ਹੋ ਗਿਆ ਤਾਂ ਭਾਈ ਪੰਜਾਬ ਦੀ ਧਰਤੀ ਦੇ ਯੋਧੇ ਉਹ ਤੁਹਾਡੇ ਨਾਂ ਨੂੰ ਅਣਖ ਨੂੰ ਗ੍ਰਹਿਣ ਲੱਗ ਜੂ। ਤੇ ਗੁਰੂ ਦੇ ਸਿੱਖਾਂ ਨੇ ਗੁਰਮਤਾ ਕੀਤਾ, ਇਹ ਸਾਰੀ ਗੱਲ ਉੱਥੇ ਵਿਚਾਰੀ ਤੇ ਲੋਕਾਂ ਨੂੰ ਸਮਝਾਇਆ ਇੱਕ ਦੂਜੇ ਨੂੰ, ਭਾਈ ਬਿਲਕੁਲ ਮੀਰ ਮੰਨੂ ਆਪਣਾ ਦੁਸ਼ਮਣ ਹੈ, ਪਰ ਇਸ ਮੌਕੇ ਸਾਂਝੇ ਦੁਸ਼ਮਣ ਅਬਦਾਲੀ ਦੇ ਖਿਲਾਫ ਲੜਨ ਦੇ ਲਈ ਆਪਾਂ ਨੂੰ ਇਹ ਗੱਲ ਥੋੜੀ ਜਿਹੀ ਪਿੱਛੇ ਕਰ ਲੈਣੀ ਚਾਹੀਦੀ ਆ। ਆਪਾਂ ਨੂੰ ਉਸ ਦੁਸ਼ਟ ਨਾਲ ਅਬਦਾਲੀ ਨਾਲ ਲੜਨ ਲਈ ਮੀਰ ਮੰਨੂ ਦੀਆਂ ਫੌਜਾਂ ਦਾ ਸਾਥ ਸਹਿਯੋਗ ਦੇਣਾ ਚਾਹੀਦਾ। ਜਕਾਰੇ ਛੱਡੇ ਪੰਥ ਨੇ ਔਰ ਇਤਿਹਾਸ ਗਵਾ ਕੇ ਮੀਰ ਮੰਨੂ ਦੀਆਂ ਫੌਜਾਂ ਤੇ ਖਾਲਸੇ ਦੀਆਂ ਫੌਜਾਂ ਰਲ ਕੇ ਦੁਸ਼ਮਣ ਨਾਲ ਲੜੀਆਂ। ਆਇਆ ਤਾਂ ਸੰਘਰਸ਼ ਵਿੱਚ ਵੀ ਕਾਮਰੇਡੋ ਇਹ ਮਤ ਸਮਝਿਓ ਵੀ ਅਸੀਂ ਭੁੱਲ ਗਏ ਹਾਂ ਤੁਹਾਨੂੰ, ਅਸੀਂ ਜਾਣਦੇ ਹਾਂ ਤੁਹਾਡੇ ਵਿੱਚ ਉਹਨਾਂ ਨੂੰ ਵੀ ਜਾਣਦੇ ਹਾਂ ਜਿਨ੍ਹਾਂ ਨੇ ਸਾਡੇ ਭਰਾ ਮਰਵਾਏ ਨੇ, ਅਸੀਂ ਸਾਰਾ ਕੁਛ ਹੀ ਜਾਣਦੇ ਹਾਂ ਕਿ ਤੁਸੀਂ ਉਸੇ ਹਿੰਦੂ ਤਵਾ ਦੇ ਕਹਾਰੇ ਦਾ ਦਾਸਤਾ ਹੋ। ਅੱਜ ਕਾਲੇ ਕਾਨੂੰਨਾਂ ਦੇ ਮਸਲੇ ਉੱਤੇ ਇਸ ਸੰਘਰਸ਼ ਵਿੱਚ ਰਲ ਮਿਲ ਕੇ ਚੱਲਣਾ ਸਾਡੀ ਇੱਕ ਲੋੜ ਆ, ਸਾਡੀ ਮਜਬੂਰੀ ਹੈ। ਪਰ ਜੇਕਰ ਤੁਸੀਂ ਇਹ ਸਮਝੋ ਵੀ ਸਾਨੂੰ ਤਾਂ ਜੀ ਪਤਾ ਹੀ ਕੁਛ ਨੀ ਸਿੱਖਾਂ ਨੂੰ, ਤਾਂ ਅਸੀਂ ਇਹਨਾਂ ਨੂੰ ਅਸੀਂ ਵਰਤੀ ਜਾਵਾਂਗੇ ਤੇ ਆਹ ਸਾਡੀਆਂ ਸ਼ਹਾਦਤਾਂ ਨੇ ਦੱਸਣਾ। ਜਿਵੇਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਦੋਂ ਲਿਸਟਾਂ ਬਣੀਆਂ ਕਿ ਇਸ ਅੰਗਰੇਜ਼ਾਂ ਦੇ ਰਾਜਕਾਲ ਦੌਰਾਨ ਕਿੰਨੇ ਸਿੰਘ ਫਾਂਸੀਆਂ ਤੇ ਚੜ੍ਹੇ, ਕਿੰਨੇ ਲੋਕ ਭਾਰਤ ਦੇ ਫਾਂਸੀਆਂ ਤੇ ਚੜ੍ਹੇ, ਕਿੰਨੇ ਕਾਲੇ ਪਾਣੀ ਗਏ, ਕਿੰਨਿਆਂ ਨੂੰ ਉਮਰ ਕੈਦਾਂ ਹੋਈਆਂ, ਕਿੰਨਿਆਂ ਨੂੰ ਹੋਰ ਸਜ਼ਾਵਾਂ ਹੋਈਆਂ, ਇਹ ਸਾਰਾ ਜਦੋਂ ਡਾਟਾ ਬਣਾਇਆ ਗਿਆ ਤਾਂ ਸਾਰੇ ਭਾਰਤ ਦੇ ਲੋਕ ਸੁੰਨ ਜੇ ਹੋ ਕੇ ਬਹਿ ਗਏ ਵੀ ਇਹ ਤਾਂ ਹਰ ਥਾਂ ਦੇ ਉੱਤੇ ਚਾਹੇ ਉਮਰ ਕੈਦੀਆਂ ਦੀ ਲਿਸਟ ਆ, ਚਾਹੇ ਫਾਂਸੀ ਵਾਲਿਆਂ ਦੀ ਲਿਸਟ ਵਾ, ਚਾਹੇ ਕਿਸੇ ਹੋਰ ਤਰ੍ਹਾਂ ਦੀ ਜਿਹੜੀ ਆ ਲਿਸਟ ਵਾ, ਵੀ ਹਰ ਥਾਂ ਤੇ ਸਿੱਖਾਂ ਦੀ ਚੜ੍ਹਦੀ ਕਲਾ ਵਾ। ਅਸੀਂ ਭਾਈ ਇਹੋ ਜਿਹੇ ਸੀ, ਹੁਣ ਵੀ ਆ ਕਿਸਾਨ ਸੰਘਰਸ਼ ਦਾ ਲੇਖਾ ਜੋਖਾ ਨਾਲੋਂ ਨਾਲ ਹੀ ਹੋਈ ਜਾਂਦਾ, ਨਾਲੋਂ ਨਾਲ ਹੀ ਹੋਈ ਜਾਂਦਾ। ਜਦੋਂ ਵੀ ਇਸ ਸਾਰੇ ਸਮੇਂ ਦੌਰਾਨ ਅੱਡ ਅੱਡ ਪੱਖਾਂ ਤੋਂ ਨਿਰੀਖਣ ਹੋਊਗਾ ਵੀ ਲੰਗਰ ਕਿਹਨੇ ਲਾਏ ਸਿੱਖਾਂ ਨੇ, ਟਰੈਕਟਰ ਟਰਾਲੀਆਂ ਲੈ ਕੇ ਸਭ ਤੋਂ ਪਹਿਲਾਂ ਦਿੱਲੀ ਦੀ ਹਿੱਕ ਤੇ ਜਾ ਕੇ ਕੌਣ ਚੜ੍ਹੇ, ਸਿੱਖ ਚੜ੍ਹੇ, ਜੇਕਰ ਬਾਅਦ ਚਾਹੇ ਮੁੱਕਰ ਗਏ ਕਾਮਰੇਡਾਂ ਨੇ ਤੇ ਹੋਰਾਂ ਨੇ ਸਟੇਜਾਂ ਤੋਂ ਖੜ ਕੇ ਲਲਕਾਰੇ ਮਾਰੇ, ਸਿੱਖਾਂ ਦੀ ਅੱਖ ਨੂੰ ਵੰਗਾਰਿਆ ਕਿ ਦਿੱਲੀ ਦੀ ਹਿੱਕ ਤੇ ਲਾਲ ਕਿਲੇ ਤੇ ਝੰਡਾ ਚੜ੍ਹਾਉਣਾ, ਤਾਂ ਸਭ ਤੋਂ ਮੋਹਰੀ ਕੌਣ ਹੋਏ, ਸਿੱਖ ਹੋਏ। ਬੇਸ਼ੱਕ ਤੁਸੀਂ ਬਾਅਦ ਚ ਕਾਮਰੇਡੋ ਮੁੱਕਰ ਗਏ, ਪਰ ਅਸੀਂ ਬਚਨ ਜਿਹੜਾ ਸੀਗਾ ਉਹ ਨਿਭਾਤਾ, ਛੁੱਟ ਕੇ ਵੀ ਆ ਗਏ ਹਾਂ, ਕੇਸ ਚੱਲੂ ਉਹ ਚੋਂ ਸਜ਼ਾ ਹੋਵੇ ਬਰੀ ਹੋਵੇ, ਪਰ ਉਹ ਗੱਲਾਂ ਬਾਅਦ ਦੀਆਂ, ਪਰ ਕੰਮ ਕਰਕੇ ਜ਼ਰੂਰ ਦਿਖਾਤਾ, ਪੰਥ ਦੀ ਪੈਟਰੀ ਲੱਗਣ ਦਿੱਤੀ, ਤੁਸੀਂ ਜ਼ਰੂਰ ਮੋਕ ਮਾਰ ਗਏ, ਉਹ ਤੁਹਾਡੀ ਮੌਜ ਆ ਕਿਉਂਕਿ ਤੁਹਾਡਾ ਤਾਂ ਕੰਮ ਹੀ ਇਹ ਆ ਕਹਿ ਕੇ ਮੁੱਕਰ ਜਾਣਾ। ਜਾਂ ਤਾਂ ਬੰਦਿਆਂ ਨੂੰ ਖੜਦੇ ਤੇ ਅਜੇ ਉਹ ਸਾਰੀਆਂ ਵੀਡੀਓਜ਼ ਮੌਜੂਦ ਨੇ ਔਰ ਉਹ ਸਦੀਆਂ ਤੱਕ ਤੁਹਾਨੂੰ ਝੂਠਾ ਕਰਦੀਆਂ ਰਹਿਣਗੀਆਂ, ਜਿੰਨਾ ਤੁਸੀਂ ਸਟੇਜਾਂ ਤੇ ਖੜ ਖੜ ਕੇ ਕਹਿੰਦੇ ਸੀ ਵੀ ਜੇ ਦਿੱਲੀ ਦੀ ਲਾਲ ਕਿਲੇ ਦੀ ਉੱਤੇ ਹੈਕ ਦੇ ਟਰੈਕਟਰ ਨਾ ਚੱਲਿਆ, ਜੇ ਝੰਡਾ ਨਾ ਝੂਲਿਆ ਤੇ ਪਤਾ ਨੀ ਕੀ ਹੋ ਜਾਣਾ। ਤੁਸੀਂ ਪੰਪ ਦੇ ਕੇ ਸਾਡੇ ਪੰਜਾਬ ਦੀ ਅਣਖ ਨੂੰ ਵੰਗਾਰਿਆ, ਪੰਥ ਦੀ ਅਣਖ ਨੂੰ ਵੰਗਾਰਿਆ ਤੇ ਅਗਲਿਆਂ ਨੇ ਕੰਮ ਕਰਕੇ ਦਿਖਾਤਾ, ਦੋਗੀਆਂ ਲੱਤਾਂ ਤੇ ਇੰਨਾ ਭਾਰ ਵੀ ਨਹੀਂ ਝੱਲਿਆ ਵੀ ਉਹਨਾਂ ਦੀਆਂ ਜਮਾਨਤਾਂ ਹੀ ਕਰਾ ਦੋ, ਆ ਰਾਜੇਵਾਲ ਤੇ ਹੋਰ ਸਾਰੇ ਜਿਹੜੇ ਨੇ ਇਹ ਚੂੰ ਚਾਂ ਜੀ ਕਰਕੇ ਡੰਗ ਜਾ ਸਾਨੂੰ ਕਰਦੇ ਆ, ਪਰ ਅਸੀਂ ਸੰਘਰਸ਼ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦੇ, ਸੰਘਰਸ਼ ਨੂੰ ਸੱਟ ਨਹੀਂ ਵੱਜਣ ਦੇਣਾ ਚਾਹੁੰਦੇ, ਇਸ ਕਰਕੇ ਖਾਮੋਸ਼ ਆ। ਪਰ ਲੇਖਾ ਜੋਖਾ ਬਾਅਦ ਵਿੱਚ ਜ਼ਰੂਰ ਹੋਣਾ, ਹੁਣੇ ਨਾਲ ਦੀ ਨਾਲ ਹੋਈ ਜਾਂਦਾ। ਆ ਜਿਹੜੇ 600-700 ਬੰਦੇ ਦੀਆਂ ਸ਼ਹਾਦਤਾਂ ਹੋਈਆਂ ਨੇ, ਜਿਹਨਾਂ ਦੀਆਂ ਜਾਨਾਂ ਗਈਆਂ ਨੇ, ਇਹਨਾਂ ਦੀ ਜਦੋਂ ਲਿਸਟ ਕੱਢ ਕੇ ਫੜਾਈ ਵੀ, ਇਹਨਾਂ ਚੋਂ ਦੱਸੋ ਤਾਂ ਸਹੀ ਕਿਹਦੇ ਉੱਤੇ ਲਾਲ ਝੰਡੇ ਚੜ੍ਹੇ ਆ। ਇਹ ਸਾਰੇ ਸਿੱਖਾਂ ਦੇ ਘਰਾਂ 'ਚ ਜੰਮੇ, ਸਿੱਖ ਮਰਿਆਦਾ ਅਨੁਸਾਰ ਜੀਵੇ, ਅਖੀਰ ਜਦੋਂ ਜਾਨ ਚਲੀ ਗਈ ਉਦੋਂ ਵੀ ਇਹਨਾਂ ਦੇ ਪਾਲ ਰੱਖ ਕੇ ਭੋਗ ਪਾਏ ਗਏ ਨੇ ਤੇ ਇਹਨਾਂ ਦੇ ਸਾਰੀ ਸਿੱਖ ਮਰਿਆਦਾ ਅਨੁਸਾਰ ਅੰਤਮ ਸੰਸਕਾਰ ਹੋਏ ਨੇ। ਸਿੱਖ ਨੇ, ਇਹ ਕਾਮਰੇਡ ਨਹੀਂ ਸੀਗੇ, ਇਹ ਸਿੱਖ ਸੀ। ਤੋ ਇਹਨਾਂ ਸਿੱਖਾਂ ਦੇ ਆ ਇਹਨਾਂ ਜਿਹੜੀਆਂ ਸੂਚੀਆਂ ਬਣਨੀਆਂ ਨੇ, ਉਦੋਂ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਣਾ ਵੀ ਇਹ ਸੰਘਰਸ਼ ਕਿਹਨਾਂ ਦਾ ਸੀ, ਸੰਘਰਸ਼ 'ਚ ਯੋਗਦਾਨ ਕਿਹਨਾਂ ਦਾ ਸੀ ਤੇ ਉਹ ਕੌਣ ਸੀਗੇ, ਕਿੱਥੋਂ ਸੀਗੇ, ਜਿਹੜੇ ਇੱਥੇ ਬੈਠ ਕੇ ਧੜੀ ਧੜੀ ਦੀਆਂ ਗੱਪਾਂ ਸਟੇਜਾਂ ਤੋਂ ਮਾਰਦੇ ਰਹੇ ਤੇ ਜਿਹੜੀਆਂ ਗੱਲਾਂ ਕਰਦੇ ਹੋ, ਇਹਨਾਂ ਦੇ ਨਾਲ ਸੰਘਰਸ਼ ਜਿੱਤਿਆ ਜਾਊ। ਜਦੋਂ ਵੀ ਗੱਲ ਦੇ ਉੱਤੇ ਤਾਜ਼ਾ ਆਉਂਦਾ, ਜਦੋਂ ਵੀ ਮੋਦੀ ਸਰਕਾਰ ਨੂੰ ਬਿਰਤਾ ਪੈਂਦੀ ਦਿਖਦੀ ਆ, ਉਦੋਂ ਹੀ ਤੁਸੀਂ ਗਾਂਧੀ ਬਣ ਜਾਂਦੇ ਹੋ, ਉਦੋਂ ਹੀ ਤੁਸੀਂ ਕਹਿੰਦੇ ਹੋ ਜੀ ਇਹਦੀ ਫੂਕ ਕੱਢਣੀ ਆ। ਜਦੋਂ ਜਦੋਂ ਵੀ ਦਿੱਲੀ ਦਰਬਾਰ ਜਿਹੜਾ ਮੋਦੀ ਸਰਕਾਰ ਆ ਜਾਂ ਉਹਦੇ ਜਿਹੜੇ ਆ, ਉਹੀ ਮੋਦੀ ਸਰਕਾਰ ਜਿਹੜੀ ਆ ਉਹ ਇੰਨੇ ਬੁਰੀ ਤਰ੍ਹਾਂ ਸ਼ਿਕੰਜੇ ਵਿੱਚ ਆਈ ਹੋਈ ਸੀ ਕਿ ਤੁਹਾਡੀਆਂ ਲੜਕੜੀਆਂ ਕੱਢਦੇ ਸੀ, ਤੁਹਾਨੂੰ ਬੱਸਾਂ 'ਚ ਬਿਠਾ ਕੇ
ਉੱਥੇ ਰੋਟੀ ਪਾਣੀ ਦਾ ਇੰਤਜ਼ਾਮ ਵੀ ਆਪ ਕਰਦੇ ਸੀ। ਉਹ ਗੁਰੂ ਪੰਥ ਦੀ ਮਰਜ਼ੀ ਸੀ ਕਿ ਅਸੀਂ ਭਾਈ ਆਪਦੀਆਂ ਬੱਸਾਂ 'ਚ ਜਾਵਾਂਗੇ, ਅਸੀਂ ਆਪਦਾ ਲੰਗਰ ਲੈ ਕੇ ਜਾਵਾਂਗੇ। ਤੇ ਅੱਜ ਕਿੰਨਾ ਟਾਈਮ ਹੋ ਗਿਆ, 26 ਜਨਵਰੀ ਤੋਂ 2-3 ਦਿਨ ਪਹਿਲਾਂ ਤੁਹਾਡੀ ਮੀਟਿੰਗ ਹੋਈ ਸੀ ਸ਼ਾਇਦ 23 ਨੂੰ, ਮੁੜ ਕੇ ਅੱਜ ਤੱਕ ਉਹਨਾਂ ਨੇ ਤੁਹਾਨੂੰ ਪੁੱਛਿਆ ਨਹੀਂ, ਕਿਉਂਕਿ ਉਹਨਾਂ ਨੂੰ ਤੁਸੀਂ ਦਿਖਾ ਦਿੱਤਾ ਕਿ ਜੀ ਦਿੱਲੀ ਵਾਲਿਓ, ਇਹ ਅਸੀਂ ਤਾਂ ਝੰਡੇ ਵਾਲਿਆਂ ਨੂੰ, ਖਾਲਸੇ ਝੰਡੇ ਵਾਲਿਆਂ ਨੂੰ ਅਸੀਂ ਤਾਂ ਪਾਸੇ ਕਰ ਰਹੇ ਹਾਂ, ਤੇ ਹੁਣ ਕਦੇ ਕੁਛ ਕਰਦੇ ਹੋ, ਕਦੇ ਕੁਛ ਕਰਦੇ ਹੋ, ਆਹ ਸਾਡੇ ਜਿਹੜੀਆਂ ਕੱਲ੍ਹ ਮੌਤਾਂ ਹੋਈਆਂ ਨੇ। ਇਦੋਂ ਬਾਅਦ ਤਾਂ ਸਾਰੇ ਭਾਰਤ ਵਿੱਚ ਭੁਚਾਲ ਆਇਆ ਪਿਆ ਹੋਣਾ ਚਾਹੀਦਾ ਸੀ। ਜੇਕਰ ਇਹ ਸਾਰੇ ਭਾਰਤ ਦਾ ਅੰਦੋਲਨ ਬਣਾਇਆ ਹੁੰਦਾ ਤੁਹਾਡੇ ਵੱਲੋਂ, ਤਾਂ ਸਾਰੇ ਭਾਰਤ ਵਿੱਚ ਇਡਲੀ ਉੱਤੇ ਆ ਜਾਂਦੀ, ਪਰ ਕਿਉਂ ਨਹੀਂ ਆਈ? ਇਕੱਲੇ ਪੰਜਾਬ ਦੇ ਵਿੱਚ, ਹਾਂ ਹਰਿਆਣੇ, ਹਿਮਾਚਲ, ਹਰਿਆਣੇ ਤੇ ਯੂਪੀ ਵਿੱਚ ਮਾੜੀ ਮੋਟੀ ਉਤਸ਼ਾਹ ਹੋਇਆ ਜ਼ਰੂਰ ਆ, ਅਸੀਂ ਉਹ ਤੋਂ ਮੁੱਕਰਦੇ ਨਹੀਂ, ਪਰ ਜੋ ਪੰਜਾਬ ਦੇ ਵਿੱਚ ਅੱਗ ਲੱਗੀ ਆ, ਜਿਵੇਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੋਂ ਸੰਤਾਪ ਹੋਇਆ ਕਿ ਹਾਏ ਸਾਡੇ ਬੰਦੇ ਮਾਰੇ ਗਏ, ਉਹ ਸਾਡੇ ਬੰਦੇ ਕਿਉਂ ਲੱਗਦੇ ਸਾਨੂੰ? ਉਹ ਯੂਪੀ ਬਿਹਾਰ ਦੇ ਸਾਰੇ ਭਾਰਤ ਦੀਆਂ ਕਿਸਾਨ ਯੂਨੀਅਨ ਨੂੰ ਆਪਦੇ ਬੰਦੇ ਕਿਉਂ ਨਹੀਂ ਲੱਗਦੇ? ਕਿਉਂਕਿ ਉਹ ਸਿੱਖ ਸੀ, ਚਾਰੇ ਸਿੱਖ ਸੀ। ਉਹ ਜਿਹੜੇ ਆਪਦੇ ਆਪ ਨੂੰ ਬੜੇ ਸਿਆਣੇ ਸਮਝਦੇ ਹੋ, ਇੱਕ ਗੱਲ ਕਾਮਰੇਡ ਭਾਈਚਾਰੇ ਵਾਲਿਓ, ਜਵਾਬ ਦਿਓ ਠੋਕ ਵਜਾ ਕੇ, ਜਿੱਥੇ ਵੀ ਹੋਇਆ, ਜਿਵੇਂ ਵੀ ਹੋਇਆ, ਇਹਦਾ ਜਵਾਬ ਸਾਨੂੰ ਦੱਸਣ ਦੀ ਕਿਰਪਾ ਕਰਿਓ ਕਿ ਤੁਸੀਂ 24 ਘੰਟੇ ਚਵੜ ਚਵੜ ਕਰਦੇ ਰਹਿੰਦੇ ਹੋ ਕਿ 1978 ਤੋਂ ਬਹੁਤ ਭਾਰੀ ਨੁਕਸਾਨ ਹੋ ਗਿਆ ਜੀ, ਬਹੁਤ ਭਾਰੀ ਸਿੱਖਾਂ ਨੇ ਜੀ ਨੁਕਸਾਨ ਕਰਾਤਾ, 50 ਸਾਲ ਪੰਜਾਬ ਪਿੱਛੇ ਚਲੇ ਗਏ, ਆ ਜਿਹੜਾ ਤੁਸੀਂ ਕਰਵਾ ਰਹੇ ਹੋ ਇਹ ਕੀ ਆ? ਆ ਜਿਹੜਾ 600-700 ਬੰਦਾ ਚਲੇ ਗਿਆ ਇਹ ਕੀ ਆ? ਆ ਜਿਹੜੀਆਂ 4 ਕੱਲ ਗਈਆਂ ਜਾਨਾਂ, 8 ਜਾਨਾਂ ਗਈਆਂ ਨੇ, ਇਹਦਾ ਕਿਹੜੇ ਲੇਖੇ 'ਚ ਪਾਈਏ? ਇਹ ਨੁਕਸਾਨ ਨਹੀਂ, ਪਰ ਅਸੀਂ ਤੁਹਾਡੇ ਵਰਗੇ ਚਵਲ ਨਹੀਂ ਹੈਗੇ। ਅਸੀਂ ਸਮਝਦੇ ਹਾਂ ਕਿ ਜਦੋਂ ਹੱਕ ਸੱਚ ਲਈ ਲੜਿਆ ਜਾਂਦਾ, ਉਦੋਂ ਦੁਸ਼ਟ ਦੁਸ਼ਮਣ ਜਿਹੜਾ ਕੋਈ ਕਸਰ ਨਹੀਂ ਛੱਡਦਾ। ਸਾਡੇ ਸਾਹਮਣੇ ਆ ਕਿ 1978 ਦੇ ਵਿੱਚ ਸਾਡੇ ਭਰਾ ਸ਼ਹੀਦ ਕੀਤੇ, ਉਹ ਸੰਘਰਸ਼ ਅੱਗੇ ਵਧਿਆ, ਧਰਮ ਯੁੱਧ ਮੋਰਚੇ ਦੇ ਵਿੱਚ ਕਪੂਰੀ ਨਹਿਰ ਦਾ ਮੋਰਚਾ ਜੁੜਿਆ, ਉਸ ਮੋਰਚੇ ਦੌਰਾਨ 1984 ਦੇ ਵਿੱਚ ਸਾਡੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਬਜਾਏ ਅਗਲਿਆਂ ਨੇ ਟੈਂਕਾਂ ਤੋਪਾਂ ਨਾਲ ਅਟੈਕ ਕਰਤਾ ਤੇ ਜੋ ਕੁਝ ਸਿੱਖਾਂ ਤੋਂ ਸਰਿਆ ਬਣਿਆ ਉਹ ਕਰਤਾ। ਜੇ ਅੱਜ ਸ਼ਾਂਤਮਈ ਚੱਲ ਰਹੇ ਕਿਸਾਨ ਮੋਰਚੇ ਦੇ ਉੱਤੇ ਦੁਸ਼ਟ ਜਿਹੜਾ ਚੜ ਕੇ ਆ ਜਾਵੇ, ਉੱਥੇ ਸਾਰੇ ਤਾਂ ਹੁਣ ਬੰਗਾਂ ਵਾਲੇ ਹੈ ਨਹੀਂ, ਸਾਰੇ ਤਾਂ ਮਾਤਾ ਦਾ ਮਾਲ ਹੈ ਨਹੀਂ, ਕੋਈ ਤਾਂ ਹੁੰਦਾ ਗੁਰੂ ਦਾ ਲਾਲ ਜਿਹੜਾ ਮੂਹਰਿਓਂ ਆ ਕੇ ਕਹਿੰਦਾ ਵੀ ਆਓ ਭਾਈ ਦੇਖ ਲੈਂਦੇ ਹਾਂ ਕਿੰਨੇ ਕੁ ਪਾਣੀ 'ਚ ਆ, ਤੇ ਉਹਨਾਂ ਵਰਗੇ ਸੂਰਮਿਆਂ ਨੂੰ ਤੁਸੀਂ ਪਤਾ ਨਹੀਂ ਕੀ ਕਹੋ, ਅਸੀਂ ਤਾਂ ਸਤਿਕਾਰ ਦੇਵਾਂਗੇ ਜਿਹੜੇ ਲੜਨਗੇ ਮਰਨਗੇ, ਕਿਉਂਕਿ ਗੀਦੀ ਬਣ ਕੇ ਮਰਨ ਨਾਲੋਂ ਸੂਰਮਿਆਂ ਵਾਂਗੂ ਜਿਹੜਾ ਹੈਗਾ ਜੂਝ ਕੇ ਸ਼ਹਾਦਤ ਪਾਉਣੀ ਚੰਗੀ ਗੱਲ ਹੁੰਦੀ ਹੈ। ਉਹ ਜਿਹੜੇ 1984 ਦੇ ਵਿੱਚ ਸ਼ਹੀਦ ਹੋਏ ਤੁਹਾਨੂੰ ਉਹਨਾਂ 'ਚ ਵੀ ਨੁਕਸ ਲੱਭਦੇ ਆ, ਤੁਹਾਨੂੰ ਧਰਮ ਯੁੱਧ ਮੋਰਚਾ ਵੀ ਮਾੜਾ ਲੱਗਦਾ, ਤੁਹਾਨੂੰ ਇਹ ਨਹੀਂ ਦਿਖਦਾ ਕਿ 1984 ਤੋਂ ਬਾਅਦ ਕਿਵੇਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਗਏ, ਕਿਵੇਂ ਝੂਠੇ ਮੁਕੱਦਮੇ ਬਣਾਏ ਗਏ, ਕਿਵੇਂ ਲਾਵਾਰਸ਼ ਲਾਸ਼ਾਂ 25,000 ਦੀ ਗੱਲ ਭਾਈ ਜਸਵੰਤ ਸਿੰਘ ਖਾਲੜਾ ਕਰਦਾ ਤੁਰ ਗਿਆ, ਔਰ ਕਿਸੇ ਟਾਈਮ ਭਾਈ ਜਸਵੰਤ ਸਿੰਘ ਖਾਲੜਾ ਜਿਹੜਾ ਹੈ ਉਹ ਵੀ ਖੱਬੇ ਪੱਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ, ਪਰ ਉਸ ਉੱਤੇ ਗੁਰੂ ਦੀ ਕਿਰਪਾ ਹੋਈ, ਗੁਰੂ ਦਾ ਸਿੰਘ ਸਰਿਆ ਤੇ ਸ਼ਹਾਦਤ ਪਾ ਗਿਆ ਸੂਰਮਾ। ਤੇ ਉਹਦਾ ਜਿਹੜੀ ਆ ਭੈਣ ਪਰਮਜੀਤ ਕੌਰ ਖਾਲੜਾ ਹੈ, ਬਹੁਤੇ ਲੋਕਾਂ ਨੂੰ ਪਤਾ ਨਹੀਂ, ਉਹ 5 ਗ੍ਰਾਂਈ ਕੋਟ ਕਪੂਰੇ ਕੋਲੇ ਪਿੰਡ ਹੈ, ਔਰ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਸੀ ਉਹ ਬੰਦੇ ਜਿਹੜੇ ਮੋਗਾ ਗੋਲੀ ਕਾਂਡ ਦੌਰਾਨ ਜਿਹਨਾਂ ਸ਼ਹੀਦ ਹੋਏ। ਤੋ ਇਹ ਜਿਹੜੇ ਸਾਰੇ ਸਾਡੇ ਪੰਜਾਬ ਦੀ ਧਰਤੀ ਉੱਤੇ ਕਿਸੇ ਬੰਦੇ ਨੂੰ ਕਿਸੇ ਵੇਲੇ ਕਾਮਰੇਡੀ ਟੁੰਬ ਜਾਂਦੀ ਆ, ਅਸਰ ਕਰ ਜਾਂਦੀ ਆ, ਕਿਉਂਕਿ ਹਰੇਕ ਬੰਦੇ ਦਾ ਜਿਹੜਾ 15-25 ਸਾਲ ਦੇ ਵਿਚਾਲੇ ਉਹਦੇ ਤੇ ਤਰਕ ਭਰੂ ਜ਼ਰੂਰ ਹੁੰਦਾ ਇੱਕ ਵਾਰੀ, ਪਰ ਜਦੋਂ ਦੁਬਾਰਾ ਉਸ ਦੌਰ ਵਿੱਚ ਨੂੰ ਬੰਦਾ ਪਿੱਛੇ ਨੂੰ ਪਰਤਦਾ ਫਿਰ ਸਿੱਖੀ ਜਾਗਦੀ ਆ, ਧਰਮ ਜਾਗਦਾ। ਉਹ ਇਵੇਂ ਹੀ ਬਥੇਰੇ ਲੋਕ ਨੇ ਜਿਹੜੇ ਕਹਿੰਦੇ ਆ ਵੀ ਕਿਸੇ ਵੇਲੇ ਸਾਨੂੰ ਕਾਮਰੇਡਾਂ ਨੇ ਵੜ ਲਿਆ ਸੀ, ਪਰ ਹੁਣ ਗੁਰੂ ਦੀ ਕਿਰਪਾ ਸੀ ਸਿੰਘ ਸਜੇ ਹੋਏ ਆ। ਪਰ ਜਿਹੜੇ ਕਾਮਰੇਡਾਂ ਦੇ ਕਬੱਲੀ ਬੁਰਕੀ ਪਈ ਹੋਈ ਆ, ਜਿਹੜੇ ਹਰ ਮੌਕੇ ਸਿੱਖ ਧਰਮ ਨੂੰ, ਸਿੱਖਾਂ ਨੂੰ, ਸਿੱਖੀ ਨੂੰ, ਖਾਸ ਤੌਰ ਤੇ ਸਾਡੇ ਸੰਘਰਸ਼ ਨੂੰ ਟਾਰਗੇਟ ਕਰਦੇ ਆ, ਦੁੱਕੀ ਦਾ ਬੰਦਾ ਨਹੀਂ ਹੁੰਦਾ ਉੱਠ ਕੇ ਚੋਟੀ ਦੀ ਸਾਡੀ ਸ਼ਖਸੀਅਤ ਨੂੰ ਮੰਦਾ ਚੰਗਾ ਬੋਲਦਾ, ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਭਾਈ ਅਸੀਂ ਤਾਂ ਚਲੋ ਬੜਾ ਨੁਕਸਾਨ ਕਰਾਤਾ, ਸਿੱਖਾਂ ਨੂੰ ਤਾਂ ਅਕਲ ਨਹੀਂ ਹੈਗੀ, ਤੁਸੀਂ ਤਾਂ ਬੜੇ ਰਣਨੀਤੀਵਾਨ ਹੋ, ਤੁਸੀਂ ਬੜੇ ਵਿਦਵਾਨ ਹੋ, ਤੇ ਤੁਹਾਡੀਆਂ ਤਾਂ ਬੜੀਆਂ ਧੁੰਮਾਂ ਪਈਆਂ ਅਕਲ ਦੀਆਂ, ਆ ਜਿਹੜਾ 600-700 ਤੁਸੀਂ ਬਰਬਾਦਤਾ, ਇਹ ਕਿਹੜੇ ਖਾਤੇ ਪਾਈਏ ਭਾਈ, ਇਹਦਾ ਨੁਕਸਾਨ ਕੀ? ਇਹ ਨੁਕਸਾਨ ਨਹੀਂ ਹੈਗਾ, ਕਹਿੰਦੇ ਜੀ ਬੜਾ ਜਾਨੀ ਮਾਲੀ ਨੁਕਸਾਨ ਕਰਾਤਾ, ਪਰ ਅਸੀਂ ਤੁਹਾਡੇ ਵਰਗੇ ਨਹੀਂ ਹੈਗੇ, ਅਸੀਂ ਜਾਣਦੇ ਹਾਂ, ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਜਦੋਂ ਹੱਕ ਸੱਚ ਲਈ ਲੜਿਆ ਜਾਂਦਾ ਉਦੋਂ ਭਾਈ ਦੁਸ਼ਮਣ ਕੋਈ ਕਸਰ ਨਹੀਂ ਛੱਡਦਾ, ਦੁਸ਼ਮਣ ਨੇ ਬੰਦੇ ਵੀ ਮਾਰਨੇ ਆ,
ਦੁਸ਼ਮਣ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕੋਈ ਨਾ ਕੋਈ ਗਲਤ ਹੀਲਾ ਵਸੀਲਾ ਵੀ ਵਰਤਣਾ, ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਸੰਘਰਸ਼ ਉੱਤੇ ਡਟਿਆ ਜਾਂਦਾ। ਜਿਵੇਂ 1978 ਤੋਂ ਚੱਲੇ ਸੰਘਰਸ਼ ਵਿੱਚ ਜਿਉਂ ਜਿਉਂ ਦਿੱਲੀ ਦਰਬਾਰ ਦੇ ਜ਼ੁਲਮ ਵੱਧਦੇ ਗਏ ਤਿਉਂ ਤੋਂ ਗੁਰੂ ਦਾ ਖਾਲਸਾ ਹੋਰ ਜ਼ਿਆਦਾ ਮਜ਼ਬੂਤੀ ਨਾਲ ਜੰਗ ਵਿੱਚ ਮੈਦਾਨ ਦੇ ਵਿੱਚ ਉਤਰਦਾ ਆਇਆ। ਤੇ ਇੱਕ ਵਕਤ ਉਹ ਆਇਆ ਜਦੋਂ ਸਾਨੂੰ ਕੌਮ ਨੂੰ ਧਰਮ ਨੂੰ ਜਿਹੜਾ ਸੀਗਾ ਸੰਘਰਸ਼ ਵਿੱਚ ਟਰਨਿੰਗ ਪੁਆਇੰਟ ਦੇਣ ਦੇ ਲਈ ਸ਼ਾਂਤਮਈ ਸੰਘਰਸ਼ ਵਾਲੇ ਪਾਸੇ ਜਾਂ ਲੋਕਤੰਤਰੀ ਸੰਘਰਸ਼ ਵਾਲੇ ਪਾਸੇ ਰਣਨੀਤੀ ਦੇ ਤਹਿਤ ਆਉਣਾ ਪਿਆ। ਪਰ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਦੇ ਸਿਧਾਂਤ ਨੂੰ ਪਿੱਠ ਦਿੱਤੀ ਹੋਵੇ। ਗੁਰੂ ਦਾ ਸਿਧਾਂਤ ਸਿੱਖ ਲਈ ਤਰਜੀਹ ਆ। ਕਾਮਰੇਡ ਲੌਂਗ ਲਾਣਾ ਸਿਰਫ ਬੰਦੇ ਮਰਵਾਉਣ ਤੋਂ ਬਾਅਦ ਚੀਕਾਂ ਮਾਰ ਸਕਦਾ, ਸਾਡੇ ਲਈ ਸਾਡੇ ਸੂਰਮੇ ਸ਼ਹੀਦ ਹੁੰਦੇ ਆ। ਆ ਜਿਹੜੇ ਇਸ ਸੰਘਰਸ਼ ਦੇ ਵਿੱਚ ਜਿਹਨਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦਾ ਕੋਈ ਕਸੂਰ ਨਹੀਂ। ਉਹ ਤਾਂ ਉਹਨਾਂ ਦੇ ਪਰਿਵਾਰਾਂ ਦਾ ਤਾਂ ਇਹ ਆ ਕਿ ਉਹ ਲੀਡਰਸ਼ਿਪ ਤੇ ਯਕੀਨ ਕਰਦੇ ਆ। ਤੇ ਇਹ ਲੀਡਰਸ਼ਿਪ ਕਾਮਰੇਡਾਂ ਦੀ ਕੀ ਆ, ਜਦੋਂ ਵੀ ਦਿੱਲੀ ਦਰਬਾਰ ਦੇ ਉੱਤੇ ਪ੍ਰੈਸ਼ਰ ਬਣਨ ਲੱਗਦਾ ਇਹ ਸਾਰਾ ਪ੍ਰੈਸ਼ਰ ਲੂਜ਼ ਕਰ ਦਿੰਦੇ ਆ ਤੇ ਸਾਰੀ ਖੇਡ ਜਿਹੜੀ ਆ ਉਹ ਖਰਾਬ ਕਰ ਦਿੰਦੇ ਆ। ਸਮਝ ਨਹੀਂ ਲੱਗਦੀ ਕਿ ਕਾਮਰੇਡ ਲਾਣਾ ਜਿਵੇਂ ਇਹ ਕਰ ਰਿਹਾ ਇਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਇਹ ਲੱਗਦਾ ਸਾਰੀ ਗੱਲ ਤੋਂ, ਜਿਵੇਂ ਇਹ ਲੰਮੇ ਤੋਂ ਲੰਮਾ ਲੈ ਕੇ ਜਾਣਾ ਚਾਹੁੰਦੇ ਹੋਣ ਸੰਘਰਸ਼ ਨੂੰ। ਇਹਨਾਂ ਨੂੰ ਇਉਂ ਲੱਗਦਾ ਕਿ ਵੋਟਾਂ ਤਿੱਕਰ ਇਹ ਸੰਘਰਸ਼ ਚੱਲਦਾ ਹੋਵੇ ਤਾਂ ਸਾਡੇ ਨਾਲ ਕੋਈ ਆ ਕੇ ਗੱਲ ਕਰੂਗਾ ਕਿ ਵੀ ਤੁਹਾਡੇ ਕਈਆਂ ਹੋਈਆਂ ਗੱਲਾਂ ਕਰਕੇ ਫਲਾਨਾ ਜਿੱਤ ਸਕਦਾ ਫਲਾਨਾ ਹਾਰ ਸਕਦਾ, ਤੇ ਫਿਰ ਕੋਈ ਸੌਦੇਬਾਜ਼ੀ ਕਰਨਗੇ। ਨਹੀਂ ਤਾਂ ਇਹ ਸੰਘਰਸ਼ ਜਿਵੇਂ ਇੱਕ ਸਾਲ ਤੋਂ ਮਗਿਆ ਹੋਇਆ, ਜੇ ਕਿਤੇ ਬੰਦਿਆਂ ਨੂੰ ਟੋਕ ਵਜਾ ਕੇ ਜਿਵੇਂ ਅਸੀਂ ਇਹ ਚਲੋ ਮੰਨ ਲੈਂਦੇ ਹਾਂ ਕਿ 26 ਜਨਵਰੀ ਵਾਲਾ ਕੰਮ ਜਿਹੜਾ ਤੁਹਾਨੂੰ ਸੂਤ ਨਹੀਂ ਪੈਂਦਾ, ਕੋਈ ਹੋਰ ਰਾਹ ਲੱਭ ਲਓ। ਜੇ ਤੁਹਾਨੂੰ ਕੋਈ ਤੁਸੀਂ ਕਹਿੰਦੇ ਹੋ ਪਾਰਲੀਮੈਂਟ ਦਾ ਘੇਰਾ ਘਾਹੋ ਕਰਨਾ, ਤੁਹਾਨੂੰ ਕੋਈ ਹਮਾਇਤ ਕਰ ਦੇਵੇ ਚੀਕਾਂ ਮਾਰਨ ਲੱਗ ਜਾਂਦੇ ਹੋ, ਪਿੱਟੇ ਗਏ ਮਾਰੇ ਗਏ ਹਾਏ ਜੀ ਇੱਥੇ ਜੀ ਹਿੰਸਾ ਕਰ ਦੇਣਗੇ। ਕਿਹੜਾ ਹਿੰਸਾ ਕਰਦਾ ਜੀ, ਕਿਹੜਾ ਚਾਹੁੰਦਾ ਹੈਗਾ ਮਰਜੀਏ, ਪਰ ਤੁਹਾਡੇ ਤੁਹਾਡੀ ਹਿੰਸਾ ਹਿੰਸਾ ਦੇ ਚੱਕਰ 'ਚ ਤਾਂ ਨਹੀਂ ਆ ਜਿਹੜਾ 600-700 ਵੈਸੇ ਚੜ੍ਹਾਈ ਕਰ ਗਿਆ, ਇਹ ਵੀ ਤਾਂ ਕੀਤਾ ਹੀ ਹੈ, ਇਹਦਾ ਵੀ ਤਾਂ ਸਬਰ ਕੀਤਾ ਹੀ ਹੈ। ਨੈਤ ਉਹਨਾਂ ਤਾਂ ਝਟਕੇ ਦੀ ਕਿਸੇ 'ਚ ਮਰਨਾ ਨਹੀਂ ਸੀ। 26 ਜਨਵਰੀ ਨੂੰ ਕਿੰਨੇ ਕੁ ਮਰ ਗਏ, ਇੱਕ ਭਾਈ ਨਵਨੀਤ ਸਿੰਘ ਦੀ ਜਿਹੜੀ ਆ ਸ਼ਹਾਦਤ ਹੋਈ ਹੈ ਉਹ ਚੱਕਰ ਵੱਖਰਾ। ਪਰ ਅਸੀਂ ਫਿਰ ਕਹਿੰਦੇ ਹਾਂ ਕਿ ਏਕਤਾ ਜਿਹੜੀ ਆ ਉਹ ਤਾਂ ਬਣੀ ਰਹਿੰਦੀ ਹੁੰਦੀ ਆ ਜੇ ਦੂਜੇ ਦੀ ਭਾਵਨਾ ਦੀ ਕਦਰ ਕਰੋ। ਇੰਨਾ ਤਾਂ ਸਾਨੂੰ ਮੀਰ ਮੰਨੂ ਦੀਆਂ ਫੌਜਾਂ ਨੇ ਨਹੀਂ ਸੀ ਦੁਖੀ ਕੀਤਾ ਜਿੰਨਾ ਕਾਮਰੇਡ ਲਾਣੇ ਨੇ ਦੁਖੀ ਕੀਤਾ ਹੋਇਆ। ਤੇ ਆਹ ਨਿੱਤ ਸ਼ਹਾਦਤਾਂ ਹੋ ਰਹੀਆਂ ਨੇ, ਨਿੱਤ ਜਾਨਾਂ ਜਾ ਰਹੀਆਂ ਨੇ, ਇਹਨਾਂ ਦਾ ਲੇਖਾ ਜਿਹੜਾ ਕਾਮਰੇਡ ਭਾਈਚਾਰੇ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਦੇਣਾ ਪਊ। ਕਿਉਂਕਿ ਜਦੋਂ ਤੁਸੀਂ ਚਾਵਲ ਚਾਵਲ ਕਰਦੇ ਹੋ ਵੀ 40 ਸਾਲ ਦਾ ਤਜਰਬਾ, ਦੱਸੋ ਜੀ ਤੁਸੀਂ ਸਿੱਖਾਂ ਦਾ ਬੜਾ ਨੁਕਸਾਨ ਕਰਾਤਾ, ਪੰਜਾਬ ਦਾ ਨੁਕਸਾਨ ਕਰਾਤਾ, ਤਾਂ ਕੋਈ ਪੁੱਛਣ ਵਾਲਾ ਤੁਹਾਨੂੰ ਵੀ ਆਊਗਾ ਤੇ ਉਹ ਸਵਾਲ ਦਾ ਜਵਾਬ ਤੁਹਾਨੂੰ ਦਿੱਤਾ ਨਹੀਂ ਜਾਣਾ। ਕਿਉਂਕਿ ਝੂਠ ਝੂਠ ਹੁੰਦਾ ਤੇ ਸੱਚ ਸੱਚ ਹੁੰਦਾ। ਪੰਜਾਬ ਦੇ ਹੱਕ ਲਈ, ਪੰਜਾਬ ਦੇ ਪੰਥ ਦੇ ਹੱਕ ਲਈ ਜਿਹੜਾ ਵੀ ਸੂਰਮਾ ਉੱਠੂਗਾ ਦੁਨੀਆ ਉਹਦਾ ਸਤਿਕਾਰ ਕਰੂਗੀ, ਪਰ ਜਿਹੜਾ ਹੇਰਾਫੇਰੀਆਂ ਕਰੂ, ਜਿਹੜਾ ਬੇਈਮਾਨੀਆਂ ਕਰੂ, ਜਿਹੜਾ ਆਪਦੇ ਆਪ ਨੂੰ ਘੈਂਟ ਤੇ ਬਾਕੀਆਂ ਨੂੰ ਉਹੀ ਸਮਝੂ, ਉਹਦਾ ਹਸ਼ਰ ਜਿਹੜਾ ਹੈਗਾ ਉਹ ਪੰਜਾਬ ਚੰਗੀ ਤਰ੍ਹਾਂ ਕਰਨਾ ਜਾਣਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬੋਲਦਾ ਕਰੋ, ਕੋਈ ਸ਼ਬਦ ਉੱਚਾ ਨਹੀਂ ਨਾ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਆ। ਖਾਸ ਤੌਰ ਦੇ ਉੱਤੇ ਇਸ ਸੰਘਰਸ਼ ਦੌਰਾਨ ਜਿਹਨਾਂ ਦੇ ਪਰਿਵਾਰਾਂ ਦੇ ਲੋਕ ਸ਼ਹੀਦ ਹੋ ਗਏ ਆ, ਚੜ੍ਹਾਈ ਕਰ ਗਏ ਆ, ਜਾਂ ਜਿਵੇਂ ਲਖੀਮਪੁਰ ਖੀਰੀ ਚ ਹੋਇਆ, ਉਹਨਾਂ ਪ੍ਰਤੀ ਵੱਡੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।